है धरती पर इन्हू दुनिया चंद कहती है। जेड़ा इहदा भुलेखा सारा वह चंद वांगू पैंदा जिवें किते चंद हुंदा। जलवा पूरा चोपर दा लवी देखते कौन हारेगा। गुरबर अकाल सत श्री अकाल, स्वागत कर रहे जी तुहाडा एक नवे ब्लॉग ते नवी वीडियो दे विच। आखिरकार 17 दिन दे एक लंबे सफर बाद अज आपां चंद ते पहुंच जांगे। तुहानू सारा चंद दा झाका बक्का दिखावांगे वी चंद दिखदा किवें हैगा। दूरों तुसीं बड़ा देखिया होणा, अज तुहानू जमा नेड़ों दिखावांगे। ते तरीक एक करी मैं दस दां, अज तरीक हैगी अज 12 तरीक हैगी अज 13 अक्टूबर ते 2024। तो फिलहाल मैं इत्थे जिथे रुकिया होया सी इत्थे खड़ा, तो इत्थे तुहानू कल सारा यह रंग ढंग दिखाया। तो मैं तो आह तड़के देखिया इन्हां दे याक मार के ना, इहदे अंदरों सारी जिहड़ा मीट वगैरह से वह कढ के रख्या होया इन्हां ने, तो ऐ इत्थे विचारा सुकना पाया पिया होना। तो बई कहिंदा इह मैं नाल दे पिंडों उन्होंने मारिया सी, शिकार कीता सी, तो मैं नाल दे पिंडों लैके आया हैगा। तो यह गल आ ਇਹ ਇਲਾਕੇ ਦੇ ਵਿੱਚ ਨਾ ਕਹਿੰਦੇ ਪਹਿਲਾਂ ਯਾਕ ਬੜੇ ਹੁੰਦੇ ਸੀਗੇ। ਇਸ ਵਕਤ ਮੈਂ ਲਾਮਾ ਜੀਰੂ ਮਿਨਿਸਟਰੀ ਦੇ ਬੱਸ ਜਿਵਾਂ ਕੋਲੇ ਰੁਕਿਆ ਹੋਇਆਗਾ। ਇੱਥੇ ਪਹਿਲਾਂ ਕਹਿੰਦੇ ਯਾਕ ਬਹੁਤ ਹੁੰਦੇ ਸੀ, ਅਤੇ ਫਿਰ ਲੋਕਾਂ ਨੇ ਸ਼ਿਕਾਰ ਕੀਤੇ ਅਤੇ ਯਾਕ ਖਤਮ ਹੋ ਗਏ। ਇਹੀ ਹਾਲ ਜਿਵੇਂ ਆਪਣੇ ਸੀਗਾ, ਆਪਣੇ ਪਹਿਲਾਂ ਮੋਰ ਵਧੀਆ ਹੁੰਦੇ ਸੀ, ਅਤੇ ਮੋਰਾਂ ਦਾ ਫਿਰ ਆਪਣਿਆਂ ਨੇ ਮੋਰ ਬਣਾ ਕੇ ਹੁਣ ਮੋਰ ਹੀ ਖਤਮ ਕਰਤੇ, ਅਤੇ ਹੁਣ ਜਿਹੜੇ ਨੇ ਵੀ ਰੱਖੇ ਹੋਏ ਆ ਸ਼ੌਂਕੀ ਤਰੀਕੇ ਨਾਲ ਰੱਖੇ ਹੋਏ ਆ। ਵੀ ਕਿਸੇ ਟਾਈਮ ਆਪਣੇ ਮੋਰ ਵਾਧੂ ਹੁੰਦੇ ਸੀਗੇ, ਵੀ ਸ਼ਿਕਾਰਾਂ ਦੇ ਚੱਕਰ ਦੇ ਵਿੱਚ ਚੀਜ਼ਾਂ ਸਾਰੀਆਂ ਖਤਮ ਹੋ ਜਾਂਦੀਆਂ ਨੇ, ਐਂ ਦੀ ਸਾਰੀ ਗੱਲਬਾਤ ਆ। ਅਤੇ ਹੁਣ ਇੱਥੋਂ ਚੱਲਦੇ ਹਾਂ, ਅਤੇ ਚੱਲ ਕੇ ਤੁਹਾਨੂੰ ਸਾਰਾ ਕੁਛ ਇਹ ਮੂਨਲੈਂਡ ਦਾ ਅੱਜ ਨਜ਼ਾਰਾ ਦਿਖਾਉਂਦੇ ਹਾਂ, ਅਤੇ ਨਾਲੇ ਦੱਸਾਂਗੇ ਇਹ ਬਣੀ ਚੀਜ਼ ਕਿਵੇਂ ਆ। ਤਾਂ ਜੀ ਫਿਰ ਅਕਾਲ ਪੁਰਖ ਜੀਓ, ਅੱਜ ਦਾ ਸਫ਼ਰ ਸ਼ੁਰੂ ਕੀਤਾ। ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮਨ ਦਾ ਬਲ ਬਖਸ਼ਣਾ, ਅੰਗ ਸੰਗ ਹੋ ਕੇ ਸਹਾਈ ਹੋਣਾ। ਮੇਰਾ ਅੱਜ ਦਾ ਇਹ ਦਿਨ, ਬਾਕੀ ਸਭਨਾਂ ਦਾ ਅੱਜ ਦਾ ਇਹ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਆਹ ਦੇਖੋ ਇੱਕ ਹੋਰ ਯਾਕ ਵਿਚਾਰਾ ਜਿਹੜਾ ਮਾਰ ਕੇ ਇੱਥੇ ਗੇਟ ਦੇ ਮੂਹਰੇ ਲਾਇਆ ਪਿਆ ਗਾ। ਜਗ੍ਹਾ ਜਗ੍ਹਾ ਦੇ ਉੱਪਰ ਤੁਹਾਨੂੰ ਇਹ ਏਰੀਏ ਦੇ ਵਿੱਚ ਇੱਦਾਂ ਇਹ ਯਾਕ ਲੱਗੇ ਮਿਲਣਗੇ। ਇਹਨਾਂ ਦਾ ਇਹ ਸਿੱਟਾ ਨਿਕਲਿਆ ਵੀ ਇਸ ਏਰੀਏ ਦੇ ਵਿੱਚੋਂ ਯਾਕ ਖਤਮ ਹੀ ਹੋ ਗਏ। ਚਲੋ ਹੁਣ ਆਪਾਂ ਚੱਲਦੇ ਹਾਂ, ਅਤੇ ਫਿਲਹਾਲ ਤੁਸੀਂ ਲਾਮਾ ਜੀਰੂ ਦਾ ਝਾਕਾ ਦੇਖੋ। ਆਖਿਰਕਾਰ ਇੱਕ ਲੰਮੇ ਸਫ਼ਰ ਬਾਅਦ ਆਪਾਂ ਇਹਨਾਂ ਪਹਾੜਾਂ ਨੂੰ ਪਾਰ ਕਰਕੇ ਚੰਦ 'ਤੇ ਪਹੁੰਚ ਗਏ ਹਾਂ, ਅਤੇ ਇੰਤਜ਼ਾਰ ਦੀਆਂ ਘੜੀਆਂ ਖਤਮ ਕਰਾਉਂਦੇ ਹਾਂ। ਫਟਾਫਟ ਚੱਲਦੇ ਹਾਂ ਅਤੇ ਤੁਹਾਨੂੰ ਅੱਜ ਚੰਦ ਦਿਖਾਉਂਦੇ ਹਾਂ। ਦੂਰੋਂ ਤੁਸੀਂ ਬੜਾ ਦੇਖਿਆ ਹੋਣਾ ਚੰਦ ਅਸਮਾਨ ਦੇ ਵਿੱਚ ਚਮਕਦਾ। ਕਈ ਉਹਨਾਂ ਨੂੰ ਚੰਦ ਨੂੰ ਵਿਚਾਰੇ ਨੂੰ ਕਿਸੇ ਹੋਰ ਨਾਲ ਜੋੜ ਕੇ ਬਦਨਾਮ ਬਹੁਤ ਕਰਦੇ ਆ, ਅਤੇ ਪਰ ਅੱਜ ਮੈਂ ਤੁਹਾਨੂੰ ਚੰਦ ਅਸਲੀ ਦਿਖਾਉਂਦਾ। ਜਿਵੇਂ ਆਪਣੇ ਕਹਿ ਨਹੀਂ ਦਿੰਦੇ ਆਮ ਹੀ ਵੀ ਦੁਨੀਆ ਚੰਦ 'ਤੇ ਪਹੁੰਚ ਗਈ, ਤੂੰ ਇੱਥੇ ਫਿਰਦਾ ਹਜੇ, ਪਰ ਜੇ ਤੁਸੀਂ ਵੀ ਚੰਦ 'ਤੇ ਆਉਣਾ ਤਾਂ ਇਹ ਜਗ੍ਹਾ 'ਤੇ ਆ ਸਕਦੇ ਹੋ। ਇੱਥੋਂ ਚੰਦ ਸ਼ੁਰੂ ਹੋ ਜਾਂਦਾ। ਹੁਣ ਆਪਾਂ ਚੰਦ ਦੀ ਧਰਤੀ 'ਤੇ ਚੱਲਦੇ ਹਾਂ। ਪਹਾੜ ਦਾ ਰੰਗ ਦੇਖੋ ਹੈ ਨਾ, ਇੱਧਰ ਰੰਗ ਅੱਡਾ, ਇਹਤੇ ਜਿਵੇਂ ਕਿਸੇ ਨੇ ਰੰਗ ਬੁਰਸ਼ ਨਾਲ ਕੀਤਾ ਹੋਵੇ ਨਾ, ਪਰ ਐਂ ਆਂਗਾ ਸੋਹਣਾ ਬਹੁਤ ਲੱਗ ਰਿਹਾ, ਸਿੱਧਾ ਖੜਾ। ਅਤੇ ਆਹ ਚੰਦ ਵਿਚਾਰਾ ਇੱਥੋਂ ਦੋ ਵਿਚਾਲਦੀ ਇਹਦੇ ਸੜਕ ਨਘਾਤੀ। ਚੰਦ ਨੂੰ ਵੀ ਬਿਲਕੁਲ ਹੁਣ ਵੱਡਿਆ ਖਾਲਸਾ ਚੰਦ ਨੂੰ ਨੁਕਸਾਨ ਹੋਇਆ ਗਾ ਜਦੋਂ ਇਹ ਸੜਕਾਂ ਬਣੀਆਂ ਨੇ। ਅਤੇ ਇਹ ਆ ਉਹ ਸਰਜਮੀ ਜਿਹਨੂੰ ਆਪਾਂ ਮੂਨ ਲੈਂਡ ਯਾਨੀ ਕਿ ਚੰਦ ਵਰਗੀ ਧਰਤੀ ਦੇ ਨਾਮ ਦੇ ਨਾਲ ਜਾਣਦੇ ਹਾਂ। ਹੁਣ ਇੱਥੇ ਮੋਟਰਸਾਈਕਲ ਲਾਉਂਦੇ ਹਾਂ ਅਤੇ ਫਿਰ ਗੱਲਬਾਤ ਕਰਦੇ ਹਾਂ। ਉਹ ਅੱਗੇ ਥਾਂ ਹੈਗੀ ਆ, ਵਾਹ ਕਿਆ ਹੀ ਰਚੀ ਆ ਕੁਦਰਤ। ਹੈ ਧਰਤੀ ਪਰ ਇਹਨੂੰ ਦੁਨੀਆ ਚੰਦ ਕਹਿੰਦੀ ਆ। ਜਿਹੜਾ ਇਹਦਾ ਭੁਲੇਖਾ ਸਾਰਾ ਉਹ ਚੰਦ ਵਾਂਗੂ ਪੈਂਦਾ ਜਿਵੇਂ ਕਿਤੇ ਚੰਦ ਹੁੰਦਾ। ਦੇਖਣ ਦੇ ਵਿੱਚ ਇਹ ਐਂ ਲੱਗਦੀ ਆ ਜਿਵੇਂ ਆਪਣੇ ਪਾਂਡੋ ਮਿੱਟੀ ਨਹੀਂ ਹੁੰਦੀ, ਜਦੋਂ ਆਪਾਂ ਬੋਰ ਕਰਦੇ ਹਾਂ ਪਾਂਡੋ ਮਿੱਟੀ ਪਹਿਲਾਂ ਚੁੱਲ੍ਹੇ ਲਿਪਦੇ ਹੁੰਦੇ ਜੀ, ਜਿਹਨੇ ਜਿਹਨੇ ਲਿਪੇ ਆ ਜਾਂ ਜਿਹਨੇ ਰੱਖੀ ਆ, ਪਿੰਡ ਵਾਲਿਆਂ ਨੂੰ ਖਾਸ ਤੌਰ 'ਤੇ ਪਤਾ ਹੋਊ। ਚੀਕਣੀ ਜਿਹੀ ਮਿੱਟੀ ਉੱਦਾਂ ਜਿਹੀ ਆ, ਪਰ ਥੋੜ੍ਹੀ ਜਿਹੀ ਫਰਕ ਆ ਪਾਂਡੋ ਨਾਲੋਂ, ਪਾਂਡੋ ਨਹੀਂ ਹੈਗੀ ਇਹ, ਪਰ ਜਿਹੜਾ ਇਹਦੀ ਬਣਤਰ ਆ ਗਈ ਬਸ ਬੋਲ ਨਹੀਂ ਸਕਦੇ ਕੁਛ। ਜੇ ਤੁਹਾਡੇ ਕੋਲ ਸ਼ਬਦ ਹੋਏ ਇਸ ਮੂਨ ਲੈਂਡ ਲਈ ਤਾਂ ਦੱਸ ਦਿਓ। ਅਤੇ ਆਖਿਰਕਾਰ ਅੱਜ ਆਪਾਂ ਚੰਦ ਦੇ ਦਰਸ਼ਨ ਕਰ ਲਏ। ਅੱਜ ਆਪਾਂ ਚੰਦ 'ਤੇ ਪਹੁੰਚ ਗਏ ਮੋਟਰਸਾਈਕਲ 'ਤੇ ਆਪਣੇ 'ਤੇ। ਚੰਦ ਆਪਣੇ 17 ਦਿਨ ਦੇ ਸਫ਼ਰ ਨੂੰ ਉਡੀਕ ਰਿਹਾ ਸੀ ਵੀ ਕਦੋਂ ਮੇਰੇ ਕੋਲ ਆਉਣਗੇ ਅਤੇ ਆ ਕੇ ਮੇਰੀਆਂ ਬਾਤਾਂ ਪਾਉਣਗੇ। ਬੋਲਣ ਨੂੰ ਬਹੁਤਾ ਕੁਛ ਨਹੀਂ, ਬਸ ਹੁਣ ਇੱਥੇ ਸ਼ੌਟ ਆ ਗਏ
शॉट इंजॉय करो, नज़ारे लो। ਹੋ ਦੂਰ ਦਰਾਜ ਤੱਕ ਇਹੀ ਇੱਕੋ ਜਿਹੀ ਇਹ ਚੀਜ਼ ਧਰਤੀ ਦਿੰਦੀ ਆ। ਅਤੇ ਹੁਣ ਆਪਾਂ ਨਾ ਜਿਹੜੀ ਮਿੱਟੀ ਦੇਖੀਏ ਕਿਵੇਂ ਦੀ ਆ। ਆਹ ਦੇਖੋ ਕਿਆ ਸੀ ਨਾ, ਜਿਵੇਂ ਆਪਣੇ ਪਾਂਡੋ ਨਹੀਂ ਹੁੰਦੀ, ਜਮਾਂ ਉਹ ਪਾਂਡੋ ਆ ਇਹ। ਚੀਕਣੀ ਮਿੱਟੀ ਬਿਲਕੁਲ, ਅਤੇ ਵਿੱਚੋਂ ਵਿੱਚੋਂ ਨਿਕਲਦੇ ਡਲੇ। ਇਹ ਹੈਗਾ ਮੂਨ ਲੈਂਡ। ਆਹ ਦੇਖੋ ਜਮਾਂ ਮਿੱਟੀ ਆ, ਮਿੱਟੀ ਆ ਟੁੱਟ ਗਿਆ, ਐਂ ਉੱਤਰਦੀਆਂ ਪਰਤਾਂ ਇਹਦੀਆਂ ਚੰਦ ਦੀਆਂ। ਚੀਕਣੀ ਮਿੱਟੀ ਪਾਂਡੋ ਵਰਗੀ, ਪਰ ਚਮਕ ਇੰਨੀ ਕੁ ਜ਼ਿਆਦਾ, ਹੱਦਾਂ ਛੱਡ ਦਿਓ। ਕਿਆ ਬਾਤ ਹੈ, ਕਿਆ ਰਚੀ ਹੈ ਕੁਦਰਤ। ਦੱਸਣ ਦੇ ਮੁਤਾਬਕ ਪਤਾ ਚੱਲਦਾ ਵੀ ਇੱਥੇ ਇੱਕ ਸਮੁੰਦਰ ਹੁੰਦਾ ਸੀ, ਸਮੁੰਦਰ ਹੋਊ ਜਾਂ ਸਮੁੰਦਰ ਰੂਪੀ ਇੱਕ ਕੁਦਰਤੀ ਕੋਈ ਪਾਣੀ ਦਾ ਸੋਮਾ ਹੋਊਗਾ। ਅਤੇ ਕਿਹਾ ਜਾਂਦਾ ਕਿ ਇੱਥੋਂ ਫਿਰ ਤਿੱਬਤ ਤੋਂ ਕੋਈ ਇਹਨਾਂ ਦੇ ਬੁੱਧ ਧਰਮ ਦੇ ਗੁਰੂ ਆਏ, ਉਹਨਾਂ ਨੇ ਇੱਥੇ ਮੰਦਰ ਬਣਾਇਆ, ਅਤੇ ਇਹ ਤੋਂ ਬਾਅਦ ਇੱਥੋਂ ਪਾਣੀ ਇਹ ਸਾਰਾ ਚਲਾ ਗਿਆ, ਸੁੱਕ ਗਿਆ। ਦੋ ਤਰ੍ਹਾਂ ਨੇ, ਇੱਕ ਧਾਰਾ ਇਹ ਆ ਵੀ ਮੰਦਰ ਬਣਾਉਣ ਤੋਂ ਬਾਅਦ ਉਹਨਾਂ ਨੇ ਇੱਥੇ ਮਤਲਬ ਕਿਰਪਾ ਕੀਤੀ ਲੋਕਾਂ 'ਤੇ, ਇਹ ਤੋਂ ਬਾਅਦ ਕਣਕ ਦਾ ਛਿੱਟਾ ਦਿੱਤਾ, ਫਿਰ ਹੋ ਗਿਆ। ਅਤੇ ਪਰ ਦੂਜੀ ਧਾਰਾ ਇਹ ਆ ਵੀ ਇਹ ਜਿਹੜਾ ਪਾਣੀ ਸੀਗਾ ਇਹ ਆਪਦੇ ਆਪ ਮੁੱਖ ਮੁੜ ਗਿਆ, ਅਤੇ ਇੱਥੋਂ ਸਾਰਾ ਸੁੱਕ ਗਿਆ, ਅਤੇ ਪਿੱਛੇ ਛੱਡ ਗਿਆ ਜਿਹੜਾ ਇਹ ਸਾਰੀ ਲੈਂਡਸਕੇਪ ਆ, ਜਿਹਨੂੰ ਅੱਜ ਪੂਰੀ ਦੁਨੀਆ ਦੇ ਵਿੱਚੋਂ ਟੂਰਿਸਟ ਦੇਖਣ ਆਉਂਦੇ ਆ। ਅਤੇ ਇਹ ਜਗ੍ਹਾ ਨੂੰ ਮੂਨ ਲੈਂਡ ਕਹਿੰਦੇ ਆ। ਦੇਖਣ ਦੇ ਵਿੱਚ ਵੀ ਜਗ੍ਹਾ ਬਹੁਤ ਸੋਹਣੀ ਆ, ਅੱਖਾਂ ਨੂੰ ਭਾਉਂਦੀ ਹੈਗੀ। ਅਤੇ ਜਿਹੜੀ ਇਹਦੀ ਅਲੱਗ ਹੀ ਬਣਤਰ, ਸਾਰੇ ਰੰਗਾਂ ਸਾਰੇ ਪਹਾੜਾਂ ਦੇ ਰੰਗਾਂ ਨਾਲ ਅੱਡ ਰੰਗ, ਚਮਕਵਾਂ ਰੰਗ, ਜਿਵੇਂ ਪੂਰੀ ਚਮਕ ਹੈ ਇਹਦੇ 'ਤੇ। ਜਿੰਨੀ ਲਾਈਟ ਪੈਂਦੀ ਆ ਉਨੀ ਸ਼ਾਈਨ ਹੁੰਦੀ ਆ। ਇਕੱਲੇ ਸੂਰਜ ਨਹੀਂ, ਰਾਤ ਨੂੰ ਜਦੋਂ ਚੰਦ ਨਿਕਲਦਾ ਤਾਂ ਚੰਦ ਦੇ ਵਿੱਚ ਵੀ ਬਹੁਤ ਜ਼ਿਆਦਾ ਚਮਕ ਮਾਰਦੀ ਹੈਗੀ। ਮਿੱਟੀ ਮੈਂ ਤੁਹਾਨੂੰ ਦਿਖਾਤੀ, ਜਿਵੇਂ ਆਪਣੇ ਪਾਂਡੋ ਨਿਕਲਦੀ ਹੁੰਦੀ ਆ ਉਵੇਂ ਪਾਂਡੋ ਮਿੱਟੀ ਨਾਲ ਦੀ ਇਹਦੀ ਮਿੱਟੀ ਹੈਗੀ। ਅਤੇ ਖੈਰ ਸੋਹਣੀ ਗੱਲਬਾਤ ਆ, ਦੇਖਣ ਨੂੰ ਨਿਹਾਰਨ ਨੂੰ ਵਧੀਆ, ਕੁਦਰਤ ਦੇ ਅਤੇ ਉਸ ਕਾਦਰ ਦੇ ਅਤੇ ਉਸ ਅਕਾਲ ਪੁਰਖ ਦੇ ਗੁਣ ਗਾਉਣ ਨੂੰ ਇਹ ਜਗ੍ਹਾ ਵਧੀਆ ਹੈਗੀ। ਸੋਹਣੀ ਗੱਲ ਆ, ਸੋਹਣੀ ਜਗ੍ਹਾ, ਮਸਟ ਵਿਜ਼ਿਟਿੰਗ ਪਲੇਸ, ਆਇਓ ਜ਼ਰੂਰ ਅਤੇ ਚੰਦ ਦੇਖ ਕੇ ਜਾਇਓ। ਚੰਗੋ ਚੰਦ ਜੀ, ਅਸੀਂ ਚੱਲੇ ਹਾਂ ਅਗਲੇ ਸਫ਼ਰਾਂ 'ਤੇ, ਆਪਦਿਆਂ 'ਤੇ ਅਗਲੀਆਂ ਵਾਟਾਂ 'ਤੇ। ਅਤੇ ਇਹ ਦੇਖ ਲਓ, ਜਿਵੇਂ ਆਪਾਂ ਛੋਟੇ ਹੁੰਦਿਆਂ ਤੋਂ ਸੁਣਦਾ ਰਹੇ ਹਾਂ, ਚਲੋ ਪੜ੍ਹਦੇ ਵੀ ਆਉਂਦੇ ਹਾਂ ਵੀ ਬਦਲਾਵ ਹੀ ਪ੍ਰਕਿਰਤੀ ਦਾ ਨਿਯਮ ਆ, ਹੈ ਨਾ। ਜਿਹੜਾ ਬਦਲਾਵ ਆ ਉਹ ਪ੍ਰਕਿਰਤੀ ਦੇ ਵਿੱਚ ਆਉਣਾ, ਇਹਦਾ ਰੂਲ ਹੀ ਆ ਇਹ। ਅਤੇ ਉਹ ਟਾਈਮ 'ਚ ਇੱਥੇ ਪਾਣੀ ਸੀ, ਪਾਣੀ ਗਿਆ, ਆ ਸਾਰਾ ਕੁਝ ਪਿੱਛੇ ਛੱਡ ਗਿਆ। ਅਤੇ ਪਰ ਹੁਣ ਲੋਕ ਇੱਥੋਂ ਦੇ ਪਾਣੀ ਨੂੰ ਤਰਸ ਰਹੇ ਆ, ਦੂਰ ਦੁਰਾਡਿਓਂ ਪਾਣੀ ਲੈ ਕੇ ਆਉਂਦੇ ਆ ਪੈਪਾਂ ਰਾਹੀਂ। ਇੱਥੇ ਪਾਣੀ ਹੈ ਨਹੀਂ, ਉੱਦਾਂ ਲੱਦਾਖ ਦੇ ਵਿੱਚ ਬਹੁਤੀ ਜਗ੍ਹਾ ਧਰਤੀ ਦੇ ਵਿੱਚੋਂ ਪਾਣੀ ਕੱਢਦੇ ਜਿੱਥੇ ਪਾਣੀ ਹੈ ਨਹੀਂ ਗਾ, ਪਰ ਇਹ ਧਰਤੀ ਥੱਲੇ ਤੱਕ ਹੀ ਪਾਣੀ ਸੁੱਕ ਗਿਆ। ਵੱਡੀ ਗੱਲ ਇਹ ਆ ਕਿ ਐਂ ਟੂਰਿਸਟ ਸਾਰੇ ਇੱਥੇ ਆ ਕੇ ਸ਼ੁਗਲ ਮੇਲਾ ਫੋਟੋਆਂ ਵਾਲਾ ਕਰਕੇ ਜਾਂਦੇ, ਇਸ ਚੰਦ ਮਾਮੇ ਨੂੰ ਸਲਾਮ ਕਰਕੇ ਜਾਂਦੇ ਹੈਗੇ। ਚਲੋ ਜੀ ਹੁਣ ਆਪਾਂ ਚੱਲੀਏ, ਸਮਾਨ ਮੈਂ ਆੜੀ ਦੇ ਉੱਤੇ ਰੱਖਿਆ ਹੋਇਆ ਸੀ, ਮੈਂ ਇੱਥੇ ਕਿਹੜਾ ਕੋਈ ਛੇੜਦਾ ਗਾ, ਪਰ ਫਿਰ ਵੀ ਟੇਢੀ ਜਿਹੀ ਅੱਖ ਨਾਲ ਮੈਂ ਅੱਖ ਰੱਖੀ ਇਹਦੇ 'ਤੇ। ਹੁਣ ਇੱਥੋਂ ਆਪਾਂ ਜਾਣਾ ਕਾਰਗਿਲ ਵਾਲੇ ਪਾਸੇ। ਅੱਜ ਸਿਹਤ ਮਾੜੀ ਢਿੱਲੀ ਹੋ ਗਈ, ਰਾਤ ਮੈਨੂੰ ਲੱਗਦਾ ਠੰਡ ਲੱਗੀ ਗਈ ਆ, ਮੈਨੂੰ ਰਜਾਈ ਛੋਟੀ ਸੀਗੀ ਜਿੱਥੇ ਪਿਆ ਸੀ, ਸਲੀਪਿੰਗ ਬੈਗ ਆਪਦਾ ਕੱਢਣ ਦੀ ਹਿੰਮਤ ਨਹੀਂ ਹੋਈ। ਚਲੋ ਹੁਣ ਚੱਲ ਵੀ ਆੜੀ ਸੰਤਰੇ ਦੀ ਫਾੜੀ। ਪੰਜਾਬੀ ਮੈਂ ਬਠਿੰਡਾ ਸੀ ਜੀ, ਹਾਂਜੀ ਹਾਂ। ਅੱਛਾ ਬਠਿੰਡਾ ਸੇ ਉਨਕਾ ਇੱਕ ਹੋਟਲ ਹੈ ਉਧਰ, ਠੀਕ ਹੈ, ਹੋਟਲ ਕਾ ਨਾਮ ਭੁੱਲ ਗਈ, 3 ਸਟਾਰ ਹੋਟਲ, ਠੀਕ ਹੈ, ਸ਼ੁਕਰੀਆ, ਥੈਂਕ ਯੂ, ਜਾਈਓ। ਆਪ ਕਹਾਂ ਸੇ ਆ ਰਹੇ ਹੋ? ਹਮ ਬੈਂਗਲੋਰ ਸੇ। ਬੈਂਗਲੋਰ ਸੇ, ਠੀਕ ਹੈ, ਰਬਾਇਲ ਫਲਾਈਟ ਆਏ ਹੋਗੇ ਲੇ ਜਾ ਵਾਂ ਸੇ ਘੁੰਮ ਰਹੇ ਹੋ, ਠੀਕ ਹੈ, ਬਹੁਤ ਅੱਛਾ ਹੈ, ਮੈਂ ਬੈਠ ਗਿਆ, ਜ਼ਰੂਰ ਜ਼ਰੂਰ ਸਰ, ਜਿੰਨੀ ਮਰਜ਼ੀ, 1 ਮਿੰਟ ਮੈਂ ਅਨਲੋਕ ਕਰ ਦਿੱਤਾ ਹੂੰ, ਫਿਰ ਅੱਛੀ ਆਏਗੀ। ਯਹਾਂ ਆਪ ਸ਼੍ਰੀਨਗਰ ਸੇ ਆ ਰਹੇ ਹੋ? ਹਾਂਜੀ, ਮੈਂ ਮਤਲਬ ਪੂਰਾ ਘੁੰਮ ਕੇ ਆ ਰਹਾ ਹੂੰ ਅਭੀ, ਫਿਰ ਆਗੇ ਅਭੀ ਇਸ ਸੇ ਕਿਆ ਹੈ ਦੇਖਨੇ ਕੇ ਲਿਏ? ਅਭੀ ਇਸ ਸਾਈਡ ਤੋਂ ਆਗੇ ਕਾਰਗਿਲ ਹੈ, ਵਾਰ ਮੈਮੋਰੀਅਲ, ਜਾਂ ਫਿਰ ਆਗੇ ਇੱਕ ਮਿਨਿਸਟਰੀ ਹੈ ਜਹਾਂ ਪੇ। ਮੈਂ ਤੇ ਗਲਾਸ ਆ ਕੋਲੀ, ਗਲਾਸ ਲੈ ਨਿੰਦੋ, ਹਾਂ ਕੋਲੀ ਉੱਠੇ,
बड़ा व्हाइट क्लास है। एक गियर में डाल लो इसे, फिर उड़ेगा नहीं। नहीं हुआ, व्हाइट क्लास। चलो अब नहीं आएगा, रुक जाएगा। हाँ, कितना दिन का सफर है आपका? मुझे हो गए या 17 दिन, 17 दिन हो गई चुकी, 17 दिन अकेले। अभी अभी मैं यहाँ से जा रहा हूँ कारगिल, कारगिल से नीचे जांस्कर, देन स्पीति। हाँ जी, अभी 10-12 दिन और लगाऊंगा फिर घर। अच्छा, स्पीति जा रहे हो? हाँ जी, सब गए। हाँ, वो सब जाया है। मतलब स्पीति हम सोच रहे हैं अगले साल जाए, अप्रैल मई में। कैसा है? तो ठंड है पेंगोंग? अभी तो ठंड होगी, पर लेकिन अच्छा है। अच्छा, हाँ जी। सारा जरा नज़ारा ये देख के आप एक बार चल पे इतो, ये सारा चारे पास आ देखो, आ सड़क के बच्चे आ गया बेचारा, चंद वढ़ता बेचारो, चंद के टुकड़े टुकड़े करते इन्होंने। इतने सारा सीगा देखने के मूल, इधर लैंडस्केप बहुत सोहना गा, अखा नू भाँदा गा। तो हाँ, बेचारा कोई ट्रक सीगा तेल वाला मच गया है ना, जमा ही मच गया सारा कुछ यार। इधर नू दे दूरों दराडे देखते हैं तो यदि चमक दी हैगी, जिधर नू भी देखा सोहनी गलबात हैगी। चल भीर चल, तो बस ये तो नाल ही ये जिथे खत्म नहीं होंगे असल यह चलता रहा, इतने ये जमा एको कलर चा, इतने आ कि कलर मिक्स हो जाएंगे। तो अगे ये पिंड आ जूगा लामा जीरू, लामा जीरू जी मनिस्ट्री हैगी, वह कल सू दिखाई सी। तो असल मैं पिछे मुड़ के गया, क्योंकि मैं यदि अलग तो फुटेज कैप्चर करनी सी आ टाइम के, कल शाम जी यदि फुटेज आ वह बहुत ही कोई साफ नहीं आ रही। सो मैं ये वधिया फुटेज कैप्चर करिए, आप थान दिखाइए, क्योंकि थावान ये खास ने, सोहनिया थावान ने। खे दरास 172 किलोमीटर पे इतों हजे। तो अज ना रात सिर के ठंड बज गई, जिमें जुखाम हों हो गया, हड भन्नी जी लग गई। सो वो करके मैं थोड़ा जहा धुप्प के 2 घंटे बैठा, मैडिसन हैगी अज पहली मैडिसन ली आ हजे तक इस सफ़र की। मैं मैनू ये सरता जाता चाह चू पी के, 2-3 बारी चाह पीता, पर मैं ये कि माड़ा मोटा वाधा ना वजे, इत ही रुक जाए ता कि सफ़र के फिर अगे औखे ना हो। आप हम आप इतों चलते हाँ, चल के इतों पहुँचते हैं गे आप कारगिल। इतों 2 घंटे का सफ़र आ, 2 घंटे 10 मिनट दिखा रहा सी मैप। तो हाँ, आ गया जी बोर्ड फाइनली लामा जीरू का। तो इधर भी देखेंगे ना जी, वो सामने मिनिस्ट्री हैगी लामा जीरू की। तो इधर ये आसे पास भी जी लैंडस्केप उ जारी रही हैगी, बस ये है भी दूजे कलर थोड़े जे अखा इंटरप्ट कर देंगे, पर जो हो पासा देखेंगे ना एक बड़ा वो खड़ा पहाड़ इस लैंडस्केप का। एक मिनट मैं सूँ रोक के दिखाव, ओ देखो ओ सामने ना आ लैंडस्केप है जी, ये बहुत खतरनाक आ। ये उत्ते नहीं चढ़िया जाना से अज, जी दिल मेरा बहुत से अज मैं ये उपर जाके सारा गेड़ा दे के आव, पर अज सेहत थोड़ी जी नाजुक हो गई, धक्का नहीं किया फिर मैं शरीर नाल। ठीक है जी, ट्रैफिक देख ली आसे पासे। कैसे हो जी, मजे ने ना? बस बस शुक्रिया बहुत बहुत आपका। चांद के ऊपर खड़ के खाना खा रहे हो? चलो ठीक है जी, शुक्रिया सर। लो जी भाई, कश्मीर तो लग रहा सी, कहिंदा खाना खा लो। चलो पुछया वड्डी गल, मान सम्मान दा जिवें कहिंदे हुंदे ना कसौनी वाधूगा, पुछया वड्डी गल सी। पर आह सामने तुसी नज़ारा ना मिस करो, देखते रहो इनू। वाह, मैं कदे कदे ना इदा सोचता हूं, मतलब चलता दिमाग भी जिमें हम जे जिन्हें जिन्हू एडम्स ते ईवा की कहानी पता, जिन्हू मुस्लिम विच मेरे ख्याल मुस्लिम धर्म च मेरे ख्याल आदम कह देंगे है ना, वो इंसान जिहड़ा कहिंदे कि जिन्हें पहला धरती ते कदम रखा सी। खैर हिंदुइज्म दे विच वक्खरी चीज़ चलती आ, मुस्लिम ते बुद्धिज्म दे विच ओ दोनों चीज़ां थोड़ियां जिहियां मैच करदियां ने। ईवा ते एडम की कहानी आ, पूरी कहानी जो तो पहली बार श्रीलंका गए से उत्थे जाके पता लग्या सी, जिथे वह पैर बनया हा भी बंदे ने पहली बार धरती ते जिहड़ा पैर रख्या सी, वो वीडियो श्रीलंका की सीरीज़ के पई आ। जे किसी ने देखनी हुई तो प्लेलिस्ट जाके जरूर चैक कर लियो, क्योंकि लैपटॉप है नहीं, नहीं तो फिर मैं उपर भी नोटिफिकेशन च पा दिंदा। तो खैर कोशिश करूँ मैं डिस्क्रिप्शन के पा दूँ, डिस्क्रिप्शन तो आह वीडियो देखने तो बाद वो वीडियो देख लियो तुसीं। तो ईवा ते एडम सी, उन्होंने कहिंदे भाई अकाल पुरख ने है ना धरती ते भेजा,
ਤੇ ਉਹ ਇੱਕ ਚੀਜ਼ ਕਹਿੰਦੀ ਸੀ ਵੀ ਤੁਸੀਂ ਫਲ ਨਹੀਂ ਤੋੜ ਕੇ ਖਾਣਾ। ਉਹਨਾਂ ਨੇ ਫਲ ਤੋੜ ਕੇ ਖਾ ਲਿਆ ਸੀ, ਫਿਰ ਉਹਨਾਂ ਨੂੰ ਇੱਥੇ ਭੇਜ ਦਿੱਤਾ ਗਿਆ ਸੀ। ਫਿਰ ਇਹ ਤੋਂ ਬਾਅਦ ਵੀ ਇਹ ਸਾਰੀ ਸ੍ਰਿਸ਼ਟੀ ਦੁਨੀਆ ਆਬਾਦੀ ਇਹ ਤੋਂ ਬਾਅਦ ਹੋਈ ਆ ਸਾਰਾ ਕੁਛ ਇਹ। ਤੇ ਮੁਸਲਿਮ ਧਰਮ ਦੇ ਵਿੱਚ ਉਹਨੂੰ ਆਦਮ ਕਹਿ ਦਿੰਦੇ ਆ, ਹੈ ਨਾ। ਅਤੇ ਉਹ ਚੀਜ਼ ਆ ਵੀ ਇਹ ਉੱਥੋਂ ਚਲੋ ਹੋਇਆ ਅਤੇ ਇਹਨਾਂ ਪਹਾੜਾਂ ਦੇ ਵਿੱਚ, ਹੈ ਨਾ, ਉਹ ਟਾਈਮ ਦੇ ਵਿੱਚ ਪਾਪੂਲੇਸ਼ਨ ਕਿਵੇਂ ਆਈ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਜਿਹੜੇ ਪਹਿਲੇ ਆਏ ਹੋਣਗੇ। ਅਤੇ ਆਹ ਬੋਰਡ ਚੈੱਕ ਕਰ ਲਓ, ਕਾਰਗਿਲ 120 ਕਿਲੋਮੀਟਰ ਆ ਜੀ ਆਪਾਂ ਨੂੰ ਇੱਥੋਂ। 2 ਘੰਟੇ ਤਾਂ ਨਹੀਂ, ਖੈਰ 2.5-3 ਤਾਂ ਲੱਗ ਹੀ ਜਾਣਗੇ, ਆਪਾਂ ਨੂੰ ਤਾਂ ਵੱਧ ਲੱਗ ਜਾਣਗੇ। ਅਤੇ ਵੀ ਉਹ ਚੀਜ਼ ਹੈ ਨਾ ਵੀ ਇੱਥੇ ਆਬਾਦੀ ਦੁਨੀਆ ਪਹਿਲਾਂ ਕਿਵੇਂ ਆਈ, ਉਹ ਕਿਵੇਂ ਇਹ ਉਹਨੇ ਵਸਾਏ, ਇੱਥੇ ਲੋਕ ਵਸਾਏ, ਇਹਨਾਂ ਨੂੰ ਸਰਵਾਈਵਲ, ਚਲੋ ਗਰਾਊਂਡ ਲੈਵਲ 'ਤੇ ਫਿਰ ਵੀ ਆਬਾਦੀ ਦਾ ਵਧਣਾ, ਆਬਾਦੀ ਫੈਲਣੀ, ਹੈ ਨਾ, ਇੱਕ ਅਲੱਗ ਰੀਜ਼ਨ ਹੋ ਸਕਦਾ ਗਾ, ਉਹ ਤਾਂ ਸੁਭਾਵਿਕ ਆ ਚੀਜ਼ ਆ। ਪਰ ਵੀ ਇਹ ਕਿਵੇਂ, ਜੇ ਹੁਣ ਆਪਾਂ ਕਹਿੰਦੇ ਵੀ ਇੱਕੋ ਹੀ ਬੰਦਾ ਭੇਜਿਆ ਸੀ ਤਾਂ ਫਿਰ ਜਿਹੜੇ ਇਹ ਸਮੁੰਦਰ ਆ ਗਏ, ਸਮੁੰਦਰਾਂ ਤੋਂ ਪਾਰ ਇੰਨੀ ਆਬਾਦੀ ਕਿਵੇਂ ਵਧੀ? ਇਹ ਖਾਸਿਆਂ ਗੁਲਝਣ ਵਾਲੀਆਂ ਗੱਲਾਂ ਨੇ ਜਿਹੜੀਆਂ ਕਦੇ ਸਾਇੰਸ ਵੀ ਨਹੀਂ ਹਜੇ ਤੱਕ ਸੁਲਝਾ ਪਾਈ। ਅਤੇ ਖੈਰ ਮੈਂ ਵੀ ਇਹ ਸੋਚਦਾ ਰਹਿੰਦਾ ਪਰ ਭਲੇ ਤਾਂ ਕੁਛ ਪੈਂਦਾ ਨਹੀਂ ਗਾ ਕੁਛ ਵੀ। ਚਲੋ ਜੀ, ਇਹ ਇੱਥੇ ਬਣੇ ਹੋਏ ਸਾਰੇ ਰੈਸਟੋਰੈਂਟ, ਹੋਟਲ ਸਾਰੇ ਖਾਲੀ ਪਏ ਆ ਹੁਣ। ਅਤੇ ਕੱਲ੍ਹ ਮੈਂ ਰੇਟ ਪਤਾ ਕੀਤਾ ਸੀ, 1000 ਰੁਪਏ ਕਹਿੰਦੇ ਸੀ, ਪਰ ਮੈਨੂੰ ਫਿਰ ਇਹ 300 ਰੁਪਏ ਦੇ ਵਿੱਚ ਖਾਣ ਪੀਣ ਦੇ ਨਾਲ 2000 ਰੁਪਏ ਨੇ ਦੇ ਤਾ ਸੀ। ਅਤੇ ਚਲੋ ਰਾਤ ਕੱਟਣੀ ਹੁੰਦੀ ਆ ਪਤਾ, ਹੈ ਨਾ। ਚੰਗੋ ਵੀ ਲਾਮਾ ਜੀਰੂ ਵਾਲਿਓ, ਜੋਗੀ ਚੱਲਦੇ ਭਰੇ ਅਤੇ ਨਗਰੀ ਵੱਸਦੀ ਭਲੇ। ਆਹ ਜਗ੍ਹਾ ਸੀ, ਇੱਥੇ ਰੁਕਿਆ ਹੋਇਆ ਸੀ ਮੈਂ, ਪਿੱਛੇ ਗਿਆ ਸੀ ਘੁੰਮ ਕੇ ਖਾਸਾ, ਅਤੇ ਇੱਥੇ ਰਾਤ ਰੁਕਿਆ ਸੀ ਇਹਨਾਂ ਕੋਲ। ਆਫਸੀਜਨ ਆ ਤਾਂ 300-500 ਕਹਿੰਦਾ ਸੀ ਬਾਈ ਪਹਿਲਾਂ ਕਮਰੇ ਦਾ, ਫਿਰ ਇਹਨਾਂ ਕੋਲ ਡੋਰਮੈਟਰੀ ਵੀ ਸੀ। ਮੈਂ ਕਿਹਾ ਮੈਨੂੰ ਡੋਰਮੈਟਰੀ 'ਚ ਰੱਖ ਦਿਓ, ਕਹਿੰਦਾ ਕੰਮ ਤਾਂ ਕਮਰੇ ਵਾਲੀ ਲੈ ਗਿਆ, ਡੋਰਮੈਟਰੀ 'ਚ ਕਿਹੜਾ ਕੋਈ ਆਊਗਾ। ਮੈਂ ਕਿਹਾ ਬਸ ਫਿਰ ਮੈਨੂੰ ਇਹੀ ਦੇ ਦੇ। ਚੱਲ ਮੇਰੇ ਵੀਰੇ, ਐ ਨਾ ਕਰ। ਉੱਚੀਆਂ ਚੜ੍ਹਾਈਆਂ ਚੜ੍ਹ ਕੇ ਰੰਗ ਬਿਰੰਗੇ ਅਤੇ ਤਿੱਖੇ ਸੂਲਾਰ ਕੇ ਪਹਾੜਾਂ ਨੂੰ ਦੇਖਦੇ ਹੋਏ ਇਸ ਵਕਤ ਆਪਾਂ ਇੱਕ ਹੋਰ ਉੱਚੇ ਦਰੇ 'ਤੇ ਪਹੁੰਚ ਗਏ। ਇਹਦਾ ਨਾਮ ਹੈਗਾ ਫਾਟੂਲਾ, ਫੋਟੀਲਾ ਵੀ ਕਹਿੰਦੇ ਮੇਰੇ ਖਿਆਲ ਨਾਲ ਇਹਨੂੰ, ਪਰ ਇਹਨਾਂ ਨੇ ਫਾਟੂਲਾ ਲਿਖਿਆ ਹੋਇਆ। ਫਾਟੂਲਾ ਟੋਪ ਐਲਟੀਟਿਊਡ ਜਿਹਦਾ ਹੈਗਾ 13,478 ਫੁੱਟ। ਇੰਨੀ ਉੱਚਾਈ ਦੇ ਉੱਤੇ ਆ ਕੇ ਆਪਾਂ ਹੁਣ ਅੱਗੇ ਥੱਲੇ ਡਾਊਨ ਵੱਲ ਹੋਣ ਲੱਗ ਜਾਂਗੇ ਅੱਗੇ ਬਸ ਇੱਥੋਂ ਕਾ। ਹੁਣ ਇਹ ਤੋਂ ਬਾਅਦ ਜਿਹੜੀ ਕਾਰਗਿਲ ਦੀ ਵਾਟ ਆ ਉਹ ਸਿਖਾ ਲਈ ਆ, ਕਿਉਂਕਿ ਇੱਥੇ ਤੱਕ ਇਹ ਚੜ੍ਹਾਈ ਸੀ। ਇਹ ਤੋਂ ਬਾਅਦ ਹੁਣ ਆਪਾਂ ਥੱਲੇ ਨੂੰ ਹੀ ਜਾਣਾ ਅਤੇ ਇੱਥੋਂ ਇਹ ਫੋਟੂਲਾ ਤੋਂ ਖੜ ਕੇ ਆਹ ਸਾਰਾ ਜਿਹੜਾ ਝਾਕਾ ਗਾ ਹੇ ਦੀਂਦਾ, ਅਤੇ ਆਹ ਸਾਹਮਣੇ ਵਾਲਾ ਪਹਾੜ ਖਾਸੇ ਟਾਈਮ ਦਾ ਆਪਦੇ ਕਿ ਨਹੀਂ ਝੁਕਾਈ ਜਾਂਦਾ ਸੀ। ਤਿੱਖੀਆਂ ਤਿੱਖੀਆਂ ਸੂਲਾਰਗੀਆਂ ਦੀਆਂ ਨੁੱਕਰਾਂ ਸੋਹਣੀ ਗੱਲ ਕਰਦੀਆਂ ਨੇ, ਅਤੇ ਐਂ ਦਾ ਇਹ ਸਾਰੇ ਪਾਸੇ ਜਿਹੜਾ ਇਹ ਵੱਡਾ ਇੱਕ ਦਰਾ ਪੈ ਜਾਂਦਾ ਗਾ, ਜਿਹਨੂੰ ਪਾਸ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ। ਹੁਣ ਇੱਥੋਂ ਚੱਲਦੇ ਹਾਂ, ਚੱਲ ਕੇ ਅੱਗੇ ਖਾਣ ਪੀਣ ਦਾ ਦੇਖਦੇ ਹਾਂ, ਕਿਉਂਕਿ ਅੱਜ ਸਵੇਰੇ ਬਸ ਬ੍ਰੈਡ ਖਾਧੇ ਸੀਗੇ, 2-3 ਬ੍ਰੈਡ ਸੀਗੇ, ਬਾਹਲੇ ਨੰਗੇ ਵੀ ਨਹੀਂ, ਸਿਹਤ ਠੀਕ ਨਹੀਂ ਸੀ। ਅਤੇ ਹੁਣ ਭੁੱਖ ਲੱਗੀ ਆਈ ਆ, ਖੈਰ ਮੈਡੀਸਨ ਲਈ ਸੀ ਉਹਨੇ, ਅਸਰ ਦਿਖਾਤਾ, ਇੱਕ ਤਾਂ ਨੀਂਦ ਆ ਰਹੀ ਆ ਉਹਦੇ ਨਾਲ। ਟਰੱਕਾਂ ਦੀ ਜਿਹੜੀ ਇੱਥੇ ਜਦੋਂ ਵੀ ਆਇਆ ਕੋਈ ਕੋਲ ਦੀ ਟਰੱਕ ਲੰਘਦਾ ਨਾ, ਟਾਇਰਾਂ ਦੇ ਵਿੱਚੋਂ ਵਿਚਾਰਿਆਂ ਦੇ ਐਡਾ ਕਿ ਇਹਨਾਂ ਦਾ ਧੂੰਆਂ ਨਿਕਲਿਆ ਪਿਆ ਹੁੰਦਾ, ਐਂ ਲੱਗਦਾ ਹੁੰਦਾ ਕੋਈ ਰਬੜ ਮੱਚ ਰਹੀ ਆ, ਅਤੇ ਵੀ ਆਪਾਂ ਨੂੰ ਇਹੋ ਕਰ ਰਿਹਾ ਵੀ ਆਪਣੇ ਕੋਈ ਅੱਗ ਉੱਗ ਨਿਕਲ ਰਹੀ ਆ। ਕੀ ਹਾਲ ਆ ਬਾਈ ਜੀ? ਠੀਕ ਆ ਬਾਈ, ਠੀਕ ਆ। ਜ਼ਿਆਦਾਤਰ ਜਿਹੜੇ ਇੱਧਰ ਟਰੱਕ ਟਰੁੱਕ ਜਾਂਦੇ ਇਹ JK ਨੰਬਰ ਦੇ ਹੀ ਹੈਗੇ, ਮੈਕਸੀਮਮ ਤੁਹਾਨੂੰ ਇਹੀ ਮਿਲਣਗੇ ਜਾਂ ਫਿਰ LA ਨੰਬਰ ਦੇ ਹੋਣਗੇ। ਇਹ ਤੋਂ ਬਾਅਦ ਇੱਕ ਹੋਰ ਆ ਗਿਆ ਡਾਟ ਪਾਉਣ ਦਾ, HP ਗੈਸ ਦੇ ਸਿਲੰਡਰ ਲੈ ਕੇ ਆ ਰਿਹਾ ਹੈਗਾ ਕਮਰਸ਼ੀਅਲ। ਲਓ ਜੀ, ਫਾਟੂਲਾ ਟੋਪ 13,478 ਫੁੱਟ ਲਾ ਕੇ ਇੱਥੇ 20-25 ਮਿੰਟ ਹੁਣ ਆਪਾਂ ਚੱਲੇ ਹਾਂ। ਓਕੇ ਸਰ, ਬਾਏ ਬਾਏ, ਟੇਕ ਕੇਅਰ, ਹੈਵ ਅ ਸੇਫ ਰਾਈਡ। ਇਹ ਬਾਈ ਅਰ ਗਏ ਹੋਇਆ ਕੇਰਲਾ ਤੋਂ, ਕਹਿੰਦੇ ਬਾਏ ਰੋਡ ਆਏ ਹਾਂ, ਉਮਲਿੰਗਲਾ ਚੱਲੇ ਹਾਂ। ਅਤੇ ਮੈਂ ਕਿਹਾ ਵੀ ਹੁਣ ਖਾਸੀ ਠੰਡ ਮਿਲਣੀ ਆ ਤੁਹਾਨੂੰ, ਸੋ ਆਪਦਾ ਬਾਈ ਧਿਆਨ ਨਾਲ ਜਾਇਓ। ਕਿਆ ਬਾਤ ਬਾਈ, ਵੈਸਟ ਬੰਗਾਲ ਨੰਬਰ ਪਲਟੀਨੇ 'ਤੇ ਅਕਸਰ ਹੀ ਸਵਾਲ ਆ ਜਾਂਦਾ ਹੁੰਦਾ, ਹੈ ਨਾ, ਵੀ ਐਕਟਿਵਾ ਆ ਜੂ, ਸਪਲੈਂਡਰ ਆ ਜੂ, ਪਲਟੀਨਾ ਆ ਜੂ, ਕਰਜ ਹੋਣੀ ਚਾਹੀਦੀ ਆ। ਜਾਂ ਪੰਜਾਬੀ 'ਚ ਆਪਾਂ ਸਿੱਧੀ ਜੀ ਸਿੰਪਲ ਭਾਸ਼ਾ 'ਚ ਕਹਿ ਲਈਏ ਵੀ ਦਿਮਾਗ 'ਚ ਜੇ ਕੀੜਾ ਗਿਆ ਤਾਂ ਜੋ ਮਰਜ਼ੀ ਲਿਆਓ ਸਭ ਆ ਜੂਗਾ। ਹੁਣ ਸੜਕਾਂ ਬਣ ਗਈਆਂ, ਆਫ ਰੋਡ ਨਾ ਕਰੋ, ਇਕੱਲਾ ਔਨ ਰੋਡ ਰੱਖੋ, ਥੋੜ੍ਹੀ ਜਿਹੀ ਪਾਵਰ ਤੁਹਾਨੂੰ ਲੱਗੂ ਘੱਟ ਆ ਕਈ ਜਗ੍ਹਾ 'ਤੇ, ਮੈਨੂੰ ਤਾਂ ਇਹਦੀ ਵੀ ਪਾਵਰ ਲੱਗਦੀ ਆ ਵੀ ਘੱਟ ਆ ਹਜੇ, ਅਤੇ ਉਹ ਤੁਹਾਨੂੰ ਪਾਵਰ ਦਾ ਲੱਗੂਗਾ ਜ਼ਰੂਰ ਇਸ਼ੂ, ਅਤੇ ਪਰ ਕੋਈ ਚੱਕਰ ਨਹੀਂ, ਆਰਾਮ ਨਾਲ ਚੱਲੀ ਜਾਓ, ਠੰਮੇ ਨਾਲ ਪਹੁੰਚ, ਜਿਹੜੀ ਮਰਜ਼ੀ ਮੰਜ਼ਿਲ 'ਤੇ ਪਹੁੰਚ ਜਾਓ, ਹਰੇਕ ਚੀਜ਼ ਹੁਣ ਤਾਂ ਪਹੁੰਚ ਜੂਗੀ ਇੱਥੇ, ਰੋਡ ਵਧੀਆ ਸਾਫ਼ ਨੇ। ਆਉਣ ਵਾਲੇ 2 ਸਾਲਾਂ ਦੇ ਵਿੱਚ ਸ਼ਾਇਦ ਹੀ ਕੋਈ ਰੋਡ ਬਚੇ ਜਿਹੜਾ ਨਾ ਹੋਵੇ। ਸ਼੍ਰੀਨਗਰ ਇੱਥੋਂ ਅਜੇ 295 ਕਿਲੋਮੀਟਰ ਹੈਗਾ। ਅੱਜ ਸ਼ਾਇਦ ਬਾਈ ਅਰਗਿਆਂ ਨੂੰ ਮੈਸੇਜ ਕਰਦਾ
ਤੇ ਲੁਧਿਆਣੇ ਤੋਂ ਤੇ ਮੋਗੇ ਤੋਂ ਮੁੰਡਾ ਚਬਾਈ ਚੱਲੇ ਹੋਏ ਲੁਧਿਆਣੇ ਤੋਂ ਚੱਲੇ ਹੋਏ ਸੀ ਭਾਈ ਕਈ ਦਿਨ ਹੋ ਗਏ ਗੱਲ ਕਰਦਿਆਂ ਨੂੰ ਕੱਲ ਰਾਤ ਉਹ ਪਹਿਲਗਾਮ ਦੇ ਵਿੱਚ ਰੁਕੇ ਸੀਗੇ ਤੇ ਅੱਜ ਖੈਰ ਹੁਣ ਪਤਾ ਨਹੀਂ ਲੰਘੇ ਪਤਾ ਨਹੀਂ ਨਾ ਕੋਈ ਮੈਸੇਜ ਆਇਆ ਨਹੀਂ ਆਹ ਵਾਹ ਕੀ ਬਾਤ ਆ ਸੜਕ ਦਾ ਨਜ਼ਾਰੇ ਆ ਇੱਥੇ ਉੱਤੇ ਪਾਸ ਦੇ ਉੱਤੇ ਜਦੋਂ ਵੀ ਆਉਂਦੇ ਹਾਂ ਠੰਡ ਲੱਗਦੀ ਆ ਇਹ ਠੰਡ ਨੇ ਜਿਹੜੀ ਮੇਰੀ ਨੀਂਦ ਜੀ ਚੜੀ ਹੋਈ ਸੀ ਉਹ ਸਾਰੀ ਭਜਾਤੀ ਵਧੀਆ ਰਹੀ ਮੇਰੇ ਨਾਲ ਠੰਡ ਇਹ ਚਲੋ ਹੁਣ ਆਪਾਂ ਇਹਨੂੰ ਉਤਰਦੇ ਹਾਂ ਥੋੜ੍ਹਾ ਜਿਹਾ ਜੇ ਠੰਡਾ ਕੰਮ ਕਿਉਂਕਿ ਸਿਹਤ ਠੰਡੀ ਅੱਜ ਮਤਲਬ ਉੱਦਾਂ ਨਹੀਂ ਹੁੰਦਾ ਠੀਕ ਆ ਪਰ ਫਿਰ ਵੀ ਜਦੋਂ ਇੱਕ ਵਾਰੀ ਸਰੀਰ ਡਾਊਨ ਜਿਹਾ ਪੈ ਜੇ ਨਾ ਉਹ ਚਾਰਜ ਜਿਹਾ ਕਰਨ ਨੂੰ ਮਾੜਾ ਜਿਹਾ ਬੂਸਟ ਚਾਹੀਦਾ ਗਾ ਅਤੇ ਹੁਣ ਉਹ ਬੂਸਟ ਆਪਾਂ ਕਿਤੇ ਖਾ ਖੂ ਕੇ ਫਿਰ ਲੈਂਦੇ ਹਾਂ ਉੱਤਰ ਜਾਵਾਂ ਥੱਲੋਂ ਅਤੇ ਫਿਰ ਆਪਾਂ ਰੰਗ ਤਮਾਸ਼ਾ ਬਣਦੇ ਹਾਂ ਅੱਜ ਦਾ ਵਾਹਿਗੁਰੂ ਉਹ ਨੀਂਦਿਆ ਢਾਬੇ ਉੱਥੇ ਚੱਲ ਕੇ ਬਹਿ ਕੇ ਖਾਂਦੇ ਹਾਂ ਕੁਛ ਬਲਿਹਾਰੀ ਕੁਦਰਤ ਵੱਸਿਆ ਤੇਰਾ ਅੰਤ ਨਾ ਜਾਈ ਲੱਗਿਆ ਕਿਆ ਮਤਲਬ ਖੇਡ ਰਚਾਈ ਆ ਇਹ ਤੂੰ ਕਿਆ ਬਾਤ ਹੈ ਮਤਲਬ ਇਹਨੂੰ ਨਿਹਾਰਨਾ ਇਹਨੂੰ ਦੇਖਣਾ ਮਤਲਬ ਜੋ ਬਸ ਇਹਨਾਂ ਨੂੰ ਹੋਰ ਕੁਛ ਨਹੀਂ ਹੈਗਾ ਪਹਾੜਾਂ ਨੂੰ ਦੇਖਦੇ ਹਾਂ ਅਤੇ ਦੇਖ ਕੇ ਪਤਾ ਨਹੀਂ ਕਿਉਂ ਅਜੀਬ ਜਿਹਾ ਇੱਕ ਸਕੂਨ ਮਿਲਦਾ ਪਤਾ ਨਹੀਂ ਤਾਂ ਹੁਣ ਵੀ ਇਹ ਚੀਜ਼ਾਂ ਦੂਰ ਦੇ ਢੋਲ ਸੁਹਾਵਣੇ ਵਾਲਾ ਕੰਮ ਆ ਹੈ ਨਾ ਵੀ ਆਪਣੇ ਕੋਲ ਉਨੇ ਨੇੜੇ ਪਹਾੜ ਹੈ ਨਹੀਂ ਤਾਂ ਕਰਕੇ ਆਪਾਂ ਜਦੋਂ ਇੱਥੇ ਘੁੰਮਣ ਆਉਂਦੇ ਹਾਂ ਕੁਛ ਕੁ ਦਿਨਾਂ ਵਾਸਤੇ ਆਪਾਂ ਨੂੰ ਇਹ ਇੰਨੇ ਪਿਆਰੇ ਲੱਗਦੇ ਆ ਜਿਹੜੇ ਇੱਥੋਂ ਦੇ ਲੋਕਲ ਲੋਕ ਆ ਜਿਵੇਂ ਹਿਮਾਚਲ ਦੇ ਕੁਛ ਕੁ ਚਲੋ ਮੇਰੇ ਦੋਸਤ ਹੈਗੇ ਆ ਹੈ ਨਾ ਮੁੰਡੇ ਅਤੇ ਉਹ ਜਦੋਂ ਆਪਣੇ ਪੰਜਾਬ ਦੇ ਵਿੱਚ ਆਉਂਦੇ ਆ ਤਾਂ ਉਹ ਪੰਜਾਬ ਨੂੰ ਵੈਸੇ ਹੈ ਤਾਂ ਪੰਜਾਬ ਜੰਨਤ ਪੰਜਾਬ ਨੂੰ ਤਾਂ ਚਲੋ ਕਿਸੇ ਚੀਜ਼ ਨਾਲ ਮੈਂ ਕੰਪੇਅਰ ਕਰ ਹੀ ਨਹੀਂ ਸਕਦਾ ਦੋਨੇ ਪੰਜਾਬਾਂ ਨੂੰ ਭਾਵੇਂ ਚੜ੍ਹਦਾ ਭਾਵੇਂ ਲੈਂਦਾ ਗਾ ਅਤੇ ਪਰ ਜਿਹੜੀ ਇਹ ਚੀਜ਼ ਆ ਪਰ ਇਹ ਕੁਦਰਤ ਦੀ ਬਨਾਵਟ ਕੁਦਰਤ ਨੇ ਕਿਵੇਂ ਬਣਾਈ ਉਹ ਚੀਜ਼ਾਂ 'ਤੇ ਥੋੜ੍ਹਾ ਜਿਹਾ ਬਸ ਸੋਚਣ 'ਤੇ ਮਜਬੂਰ ਕਰਦੀ ਹੈ ਅਤੇ ਫਿਰ ਉਹਨਾਂ ਚੀਜ਼ਾਂ ਦੇ ਨਾਲ ਆਪਾਂ ਨੂੰ ਕੁਦਰਤ ਨਾਲ ਹੋਰ ਪਿਆਰ ਹੋਣ ਲੱਗ ਜਾਂਦਾ ਗਾ ਅਤੇ ਤੁਸੀਂ ਇਹਨਾਂ ਚੀਜ਼ਾਂ ਦਾ ਵਿਊ ਇੰਜੋਏ ਕਰੋ ਮੈਂ ਥੱਲੇ ਉਤਰਦਾ ਗਾ ਅਤੇ ਜਿਹੜੇ ਢਾਬੇ ਉੱਤੋਂ ਦੇਖ ਰਹੇ ਸੀ ਉੱਥੇ ਇੱਕ ਟੀ ਸ਼ੋਪ ਆ ਗਈ ਉੱਥੇ ਹੁਣ ਰੁਕ ਕੇ ਪਰਾਂਠਾ ਖਾਂਦੇ ਹਾਂ ਅਤੇ ਫਿਰ ਚੱਲਦੇ ਹਾਂ ਫਿਰ ਪਾਉਂਦੇ ਅੱਗੇ ਦੀ ਕਾਰਵਾਈ ਛੱਕ ਲਵਾਂ ਹੁਣ ਪਰੌਠਿਆਂ ਨੂੰ ਪਰੌਠੇ ਪਰੂਠੇ ਖਾ ਲਏ ਇੱਕ ਪਰੌਠੇ ਖਾਧਾ ਹੁਣ ਮਾੜਾ ਜਿਹਾ ਆਧਾਰ ਦਾ ਹੋ ਗਿਆ ਵੀ ਸਰੀਰ ਸੈੱਟ ਜਿਹਾ ਹੋ ਗਿਆ ਅਤੇ ਹੁਣ ਇੱਥੋਂ ਆਪਾਂ ਚੱਲਦੇ ਹਾਂ ਕਾਰਗਿਲ ਕਾਰਗਿਲ ਹਜੇ ਪਿਆ ਆਪਾਂ ਨੂੰ ਇੱਥੋਂ 60 ਕਿਲੋਮੀਟਰ ਪਿਆ ਗਾ ਜਿਵੇਂ ਜਿਵੇਂ ਥੱਲੇ ਆਈ ਜਾਂਦੇ ਹਾਂਗੇ ਪਹਾੜਾਂ ਦੇ ਉੱਤੇ ਮਾੜੀ ਮਾੜੀ ਹਰਿਆਵਲ ਜਾਂ ਕੋਈ ਨਾ ਕੋਈ ਬੂਟੀਆਂ ਜਿਹੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਐਲਟੀਟਿਊਡ ਆਪਾਂ ਖਾਸਾ ਛੱਡਿਆ ਪਿੱਛੇ ਅਤੇ ਇੱਥੇ ਜਿਹੜਾ ਆਹ ਮੌਸਮ ਆ ਗਾ ਦਰੱਖਤਾਂ ਦਾ ਹੁਣ 'ਚ ਪਤਝੜ ਦਾ ਇਹ ਖੈਰ ਦੇਖਣ ਵਾਲਾ ਮੌਸਮ ਆ ਆਹ ਜਿਹੜੇ ਦਿਨ ਆਗੇ ਕਸ਼ਮੀਰ ਦੇ ਵਿੱਚ ਘੁੰਮਣ ਨੂੰ ਇਹ ਬਹੁਤ ਸੋਹਣਾ ਮੌਸਮ ਹੈਗਾ ਜੇ ਹੁਣ ਕੋਈ ਸਫ਼ਰ ਕਰਨਾ ਵੀ ਚਾਹੁੰਦਾ ਤਾਂ ਮੈਂ ਜੰਮੂ ਐਂਡ ਕਸ਼ਮੀਰ ਪ੍ਰੈਫਰ ਕਰੂੰ ਤੁਸੀਂ ਉੱਥੇ ਜਾਓ ਅਤੇ ਬਾਕੀ ਹੁਣ ਇੱਥੇ ਐਲਟੀਟਿਊਡ ਆਪਾਂ ਬਹੁਤ ਛੱਡਿਆ ਪਿੱਛੇ ਅਤੇ ਇੱਥੇ ਹੁਣ ਜਿਹੜੇ ਪਹਾੜਾਂ 'ਤੇ ਤੁਹਾਨੂੰ ਕੁਛ ਨਾ ਕੁਛ ਮਾੜਾ ਮਾੜਾ ਮਿਲਣ ਲੱਗ ਜੂ ਕੋਈ ਨਾ ਕੋਈ ਟਮਾਟਰਲਾ ਦਰੱਖਤ ਵੀ ਦਿਖਣ ਲੱਗ ਜਾਂਦਾ ਹੈਗਾ ਅਤੇ ਹੁਣ ਇੱਧਰ ਨੂੰ ਬਸ ਇਹ ਥੱਲੇ ਕਾਰਗਿਲ ਤੋਂ ਅੱਗੇ ਸ਼੍ਰੀਨਗਰ ਤਾਂ ਜਾ ਕੇ ਪੂਰਾ ਹਰਿਆਵਲ ਨਾਲ ਭਰੇ ਹੋਏ ਥਾਵਾਂ ਜਦੋਂ ਵੀ ਤੁਸੀਂ ਸੋਨਮਾਰਗ ਦੇ ਨੇੜੇ ਜੇ ਪਹੁੰਚਦੇ ਹੋ ਤਾਂ ਤੁਹਾਨੂੰ ਪੂਰੀ ਹਰਿਆਵਲ ਦਿਖਣ ਲੱਗ ਜਾਂਦੀ ਆ ਇੱਥੋਂ ਇੱਕ ਪਾਸ ਆ ਪਾਸ ਕ੍ਰੋਸ ਕਰਨਾ ਦਰਾਸ ਦੇ ਵਿੱਚ ਅਸਲ ਦੇ ਵਿੱਚ ਦਰਾਸ ਦੇ ਵਿੱਚ ਜਾ ਕੇ ਤੁਹਾਨੂੰ ਵਧੀਆ ਮਾਹੌਲ ਮਿਲ ਜਾਂਦਾ ਅਤੇ ਪਿਛਲੇ ਦਿਨਾਂ ਦੇ ਵਿੱਚ ਹੈ ਨਾ ਜਦੋਂ ਮੈਂ ਕਈ ਵਾਰੀ ਕਿਹਾ ਸੀ ਕਿ ਮੈਨੂੰ ਪਿਛਲੇ ਸਮਾਨ ਦੀ ਅਨਬੈਲੈਂਸਿੰਗ ਦੀ ਪ੍ਰੋਬਲਮ ਲੱਗ ਰਹੀ ਹੈਗੀ ਪਰ ਉਹ ਅਸਲ ਦੇ ਵਿੱਚ ਨਾ ਸਮਾਨ ਦੀ ਅਨਬੈਲੈਂਸਿੰਗ ਨਹੀਂ ਸੀ ਉਹ ਟਾਇਰ ਦਾ ਸੀ ਚੱਕਰ ਟਾਇਰ ਘਸ ਗਿਆ ਸੀ ਸੈਂਟਰ 'ਚੋਂ ਉਹਦੇ ਕਰਕੇ ਜਦੋਂ ਉਹ ਕਰਵ ਤੋਂ ਇੱਧਰ ਟੇਢਾ ਹੁੰਦਾ ਸੀ ਨਾ ਉਦੋਂ ਉਹ ਦਿੱਕਤ ਦਿੰਦਾ ਸੀ ਅਤੇ ਇਹ ਕਿਹੜਾ ਪਾਸ ਆ ਗਿਆ ਜੀ ਇੱਕ ਹੋਰ ਆਪਾਂ ਪੀਕ 'ਤੇ ਪਹੁੰਚ ਗਏ ਅਤੇ ਉਹ ਮਤਲਬ ਕਰਵ 'ਤੇ ਦਿੱਕਤ ਦਿੰਦਾ ਸੀਗਾ ਹੁਣ ਜਦੋਂ ਆਹ ਨਵਾਂ ਪਾ ਲਿਆ ਆਪਾਂ ਤਾਂ ਆਪਾਂ 1 ਨੰਬਰ ਆ ਗਏ ਅਤੇ ਓਹੋ ਨਮਕੀਲਾ ਆ ਗਿਆ ਤਾਂ ਵਾਜੀ ਵਾਹ ਲਓ ਜੀ ਨਮਕੀਲੇ 'ਤੇ ਵੀ ਪਹੁੰਚ ਗਏ ਅੱਜ ਆਪਾਂ ਵਾਹ ਠੀਕ ਆ ਭਾਈ ਠੀਕ ਆ ਨਮਕੀਲਾ ਪਾਸ ਵੀ ਫਤਿਹ ਆ ਜੀ ਫਤਿਹ ਨਮਕੀਲਾ ਆਈ ਲਵ ਨਮਕੀਲਾ ਐਲਟੀਟਿਊਡ ਹੈਗਾ 12,198 ਹੈਲੋ ਗਾਇਸ ਕੈਸੇ ਹੋ ਜੀ ਫੁੱਟਬਾਲ ਖੇਲੋਗੇ ਜਾਂ ਵਾਲੀਬਾਲ ਇਹੀ ਵੀ ਖੇਲੋਗੇ ਵਾਹ 12,000 ਫੁੱਟ ਕੀ ਉਚਾਈ ਪੇ ਕਿਆ ਬਾਤ ਹੈ ਠੀਕ ਹੈ ਸਹੀ ਹੈ ਲੈ ਜਲਵਾ ਪੂਰਾ ਚੋਬਰ ਦਾ ਲੈ ਵੀ ਦੇਖਤੇ ਕੌਣ ਹਾਰੇਗਾ ਇਹ ਗਿਰ ਗਈ ਅਗਰ ਨੀਚੇ ਚਲ ਜਾਤੀ ਮੈਂ ਪੰਜਾਬ ਸੇ ਆਇਆ
हाँ जी अभी मैं आ रहा हूँ ले से, सुनने में तो यही आया। सर आपका चैनल? मेरा चैनल राहगीर। फोटो तो चलो भाई फोटो खींचो खींचो, लो जी आ जाओ, मैं मुझे भी खींचनी है। आप यूट्यूबर हो? हाँ जी हाँ। कितने सब्सक्राइबर हैं? मेरे दो, हम भी कर एक मैं हूँ एक पता नहीं कौन है। हाँ जी बोलो क्या करने का, कहाँ खेलोगे आप लोग? खींचो फोटो, कौन खींचेगा? अच्छा बीच में आ जाऊंगा, इतनी रिस्पेक्ट मेरी। फोन गिर गया भाई का द्वारा, हम तो सेलिब्रिटी बन गए फिर। ओके कहाँ पे खेलोगे फिर आप अभी यहाँ पे हैं ऐसी? अच्छा हमें और सारे एक दो चलो हाँ फिर तो नीचे उतार लो ये। अजो जी कौन सभी गाने सुनते हो? फेवरेट कौन सा उसका? सिद्धू का फेवरेट। आपका हाँ उसका गाना आपका फेवरेट कौन सा है? अच्छा 295। ठीक है जी भाई मूसे दे मुंडे दे फैन है। खैर आप मूसे वाले के फैन हो? सिद्धू मूसे वाला। ठीक है ते हुण 12,198 फुट है, पिछला सी आपां नूं 13,000 तो उत्ते। जिवें जिवें इधर नूं जाई जावांगे डाउन हो जावांगे, थले थले नूं जाई जावांगे। हुण इत्थों चलदे आ कारगिल। थैंक यू सर, नाइस टू मीट यू, बाय बाय जी। ठीक है सर चलते हैं। ओके जी ਇਹ ਆ ਕਰੇਜ ਤਾਂ ਖੈਰ ਚਾਰੇ ਪਾਸੇ ਹੈਗਾ, ਚੁੱਭਰ ਜਾਂਦਾ ਜਾਂਦਾ ਨਾਂ ਤਾਂ ਸਾਰੇ ਪਾਸੇ ਫੈਲਾ ਗਿਆ। ਹੁਣ ਇੱਥੇ ਚੱਲਦੇ ਹਾਂ ਆਪਾਂ ਅਤੇ ਇਹ ਹੈਗਾ ਨਮਕੀਲਾ। ਹਾਂਜੀ ਸਰ ਠੀਕ ਹੈ ਜੀ, ਆਪਕੋ ਵੀ ਸਾਥ ਮੇਂ ਲੈ ਲਿਆ। ਓਕੇ ਜੀ ਓਕੇ ਸਰ। ਕਾਗਜ਼ ਪੇ ਕਿਉਂ ਲਿਖ ਕੇ ਦੇਣਾ? ਇਹ ਲਓ ਸਰ। ਠੀਕ ਹੈ ਜੀ ਹਾਂ, ਇਹ ਲੱਗ ਜਾਏਗਾ ਉਤਰ ਕੇ। ठीक है ओके जी सर, थैंक यू। ठीक है जी ठीक है, बाय बाय। लो भी आप दे फैनां नूं बाय बाय कह दा, ते उधर भाई ने गड्डी दा स्टिकर ला लिया खैर अपना। शुक्रिया सर, थैंक यू। ओके जी लो जी बजे ने गड्डी ते स्टिकर ला के मान तान वधाता। चलो हुण आपां इत्थे उतरदे आं ते अगे कारगिल पहुंच जाएंगे। नमकीला लंघ के बस हजे थोड़ा जहा उतर के आए थे, वाह क्या ही खूबसूरत आ, जमा लंडे जे पहाड़ कुछ नहीं है इन्हां दे उत्ते, ते पर धुप पै के चमके इन्नी क सोहनी दे रहा भी गल्लां छड़ दो। ओ जिहड़ियां उपरले खंगरीलियां चोटियां ने सारियां दे उत्ते बर्फ आ, ते इह देख लो जमा उहदे नाल आ गए। इह जमा जिवें कोई टिब्बा नहीं हुंदा, जमा रड़ा टिब्बा होवे ਉਵੇਂ ਦੀ ਗੱਲਬਾਤ ਹੈ। ਸੋਹਣੇ ਆਗੇ ਜਦੋਂ ਦੇ ਆਪਾਂ ਇਹਨਾਂ ਦੋ ਦਰਿਆਂ ਨੂੰ ਪਾਸ ਕਰਕੇ ਆਏ ਨਾ, ਤਾਂ ਇਹ ਤੋਂ ਬਾਅਦ ਆ ਕੇ ਜਿਹੜਾ ਸਾਰਾ ਕੁਛ ਆ ਉਹ ਬਦਲ ਜਾਂਦਾ। ਇਹਨਾਂ ਤੋਂ ਬਾਅਦ ਪਿੱਛੇ ਜਿਹੜੀ ਸਾਰੀ ਜਿਹੜੀ ਕੱਲ੍ਹ ਤੱਕ ਆਪਾਂ ਨੂੰ ਆਬਾਦੀ ਮਿਲ ਰਹੀ ਸੀ ਜਾਂ ਅੱਜ ਸਵੇਰ ਤੱਕ ਉੱਥੇ ਜਿਹੜੀ ਸਾਰੀ ਸੀਗੀ ਉਹ ਬੁੱਧ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕ ਸੀ। ਇਹ ਹੁਣ ਕਸ਼ਮੀਰ ਦਾ ਪਾਸਾ ਆ ਗਿਆ, ਖੈਰ ਹੈ ਤਾਂ ਇਹ ਵੀ ਕਿਸੇ ਟਾਈਮ ਲੱਦਾਖ ਜੰਮੂ ਐਂਡ ਕਸ਼ਮੀਰ ਦਾ ਹਿੱਸਾ ਸੀ, ਅਤੇ ਪਰ ਇਹ ਨਾਲ ਹੁਣ ਜਿਹੜਾ ਕਸ਼ਮੀਰ ਹੈਗਾ ਉਹ ਨੇੜੇ ਹੋਈ ਜਾਂਦਾ, ਅਤੇ ਇੱਥੋਂ ਹੁਣ ਜਿਹੜੀ ਉਹ ਮੁਸਲਿਮ ਆਬਾਦੀ ਸਰ ਵੱਡੀ ਗਿਣਤੀ ਦੇ ਵਿੱਚ ਨਾਲ ਦਿਖਣ ਲੱਗ ਜੂਗੀ। ਬੋਧੀ ਵੀ ਨੇ ਅਤੇ ਮੁਸਲਿਮ ਧਰਮ ਨਾਲ ਸੰਬੰਧ ਰੱਖਣ ਵਾਲੇ ਵੀ ਲੋਕ ਸਾਨੂੰ ਇੱਥੇ ਦਿਖਣ ਲੱਗ ਜਾਣਗੇ, ਮੌਸਕ ਦਿਖਣ ਲੱਗ ਜਾਣਗੀਆਂ, ਅਜ਼ਾਨ ਦੀਆਂ ਆਵਾਜ਼ਾਂ ਉਹ ਸਾਨੂੰ ਸੁਣਨ ਲੱਗ ਜਾਣਗੀਆਂ। ਐਂ ਖੈਰ ਸੋਹਣਾ ਇਹ ਹਰਿਆਵਲ ਭਰਿਆ ਜਿਹਾ ਏਰੀਆ, ਅਤੇ ਸੜਕ ਐਂ ਲੱਗਦੀ ਜਿਵੇਂ ਕਿਸੇ ਆਪਣੇ ਪਿੰਡ ਵਾਲੀ ਸੜਕ ਵੀ ਉੱਦੀ ਲੰਘ ਰਹੀ ਹੋਈ ਹੈ। ਜ਼ੁਕਾਮ ਮੈਨੂੰ ਖਾਸਾ ਲੱਗ ਗਿਆ, ਸਿਰ ਭਾਰਾ ਹੋ ਗਿਆ,
ਤੇ ਸਰੀਰ ਹੁਣ ਰੈਸਟ ਮੰਗ ਰਿਹਾ ਹੈਗਾ। ਜਾ ਕੇ ਬਸ ਅੱਜ ਰੈਸਟ ਕਰ ਦਿਓ ਤਾਂ ਕਿ ਫਿਰ ਇਹਦਾ ਅੱਗੇ ਵਾਧਾ ਨਾ ਵਧੇ। ਚਲੋ ਜੀ ਆਇਆ। ਤੇ ਇਹਨਾਂ ਥਾਵਾਂ ਦੇ ਵਿੱਚ ਨਾ ਹਰੇਕ ਪਿੰਡਾਂ ਦੇ ਵਿੱਚ ਜਿਵੇਂ ਹੁਣ ਆਹ ਚੰਬਾ ਆ ਗਿਆ, ਚੰਬਾ ਤਾਂ ਡਿਸਟ੍ਰਿਕਟ ਹਿਮਾਚਲ ਦੇ ਵਿੱਚ ਵੀ ਆਣਾ ਇਹ ਪਿੰਡ ਚੰਬਾ, ਇਹਨਾਂ ਦੇ ਵਿੱਚ ਜਿਵੇਂ ਹੁਣ ਆਪਣੇ ਆਪਾਂ ਪੰਜਾਬ ਦੇ ਵਿੱਚ ਲਾ ਲਈਏ ਵੀ ਗੁਰੂ ਘਰ ਕਾਫੀ ਜ਼ਿਆਦਾ ਇਤਿਹਾਸਿਕ ਸਥਾਨ ਨੇ, ਉਦਾਂ ਹੀ ਇਹਨਾਂ ਦੇ ਕੀ ਇੱਥੇ ਨਾ ਮਿਨਿਸਟਰੀਆਂ ਬਹੁਤ ਜ਼ਿਆਦਾ ਨੇ। ਜੇ ਤੁਸੀਂ ਸਾਰੀਆਂ ਮਿਨਿਸਟਰੀਆਂ ਦੇਖਣੀਆਂ ਨੇ ਹਰੇਕ ਪਿੰਡ ਦੇ ਵਿੱਚ, ਹਰੇਕ ਦੂਜੇ ਪਿੰਡ ਦੇ ਵਿੱਚ ਸਾਨੂੰ ਵੱਡੀ ਮਿਨਿਸਟਰੀ ਜਿਹੜੀ ਸੋਹਣੀ ਤੋਂ ਸੋਹਣੀ ਦੇਖਣ ਨੂੰ ਮਿਲ ਜੂਗੀ। ਪਰ ਜਿਹੜੀਆਂ ਫੇਮਸ ਨੇ, ਜਿਹੜੀਆਂ ਵਧੀਆ ਨੇ, ਜਿਹਨਾਂ ਦੇ ਕੋਈ ਬਾਰੇ ਕੋਈ ਜੁੜਦਾ ਗਾ, ਉਹ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਅਗਲੀ ਵਾਰ ਆਵਾਂਗੇ ਤਾਂ ਹੋਰ ਲੈ ਕੇ ਆਵਾਂਗੇ ਮਿਨਿਸਟਰੀਆਂ, ਐਂ ਬਦਲ ਬਦਲ ਦਿਖਾਈ ਜਾਵਾਂਗੇ ਆਪਾਂ ਤੁਹਾਨੂੰ। ਠੀਕ ਹੈ ਜੀ, ਇਹ ਅਪਡੇਟ ਆ ਅਤੇ ਦੇਖੀ ਵੀਰੇ। ਚੀਜ਼ ਜਿਹੜੀ ਮੈਨੂੰ ਬਹੁਤ ਕੋਮਨ ਲੱਗੀ, ਜਿਵੇਂ ਹਿਮਾਚਲ ਉੱਤਰਾਖੰਡ ਦੇ ਵਿੱਚ ਕਿਸੇ ਵੀ ਪਹਾੜ ਦੀ ਚੋਟੀ ਦੇ ਉੱਤੇ ਹੈ ਨਾ ਮੰਦਰ ਜਾਂ ਫਿਰ ਸ਼ਿਵਲਿੰਗ ਸਥਾਪਿਤ ਕੀਤਾ ਹੁੰਦਾ ਜ਼ਿਆਦਾਤਰ, ਉੱਦਾਂ ਹੀ ਇੱਥੇ ਬੁੱਧ ਧਰਮ ਦੀਆਂ ਮਿਨਿਸਟਰੀਆਂ, ਮਿਨਿਸਟਰੀ ਦਾ ਨਹੀਂ ਖੈਰ, ਜਾਂ ਤਾਂ ਗੁੰਪਾ ਬਣਾਉਂਦੇ ਆ ਜਾਂ ਉੱਥੇ ਕੁਛ ਨਾ ਕੁਛ ਜਿਹੜੇ ਇਹਨਾਂ ਦੇ ਫਲੈਗ ਹੁੰਦੇ ਆ ਹੈ ਨਾ ਬੋਧੀ ਮੰਤਰ, ਉਹ ਲੱਗੇ ਹੁੰਦੇ ਹੈਗੇ ਹਰੇਕ ਟੀਸੀ ਦੇ ਉੱਤੇ ਮਿਲਣਗੇ। ਜਿਵੇਂ ਉਹ ਜਮ੍ਹਾਂ ਟੀਸੀ ਆ, ਟੀਸੀ ਦੇ ਉੱਤੇ ਉਹ ਕੁਛ ਨਾ ਬਣਾਇਆ ਪਿਆ ਇੱਕ ਛੋਟਾ ਜਿਹਾ, ਅਤੇ ਆਹ ਸਾਹਮਣੇ ਮੋਸਕ, ਮੋਸਕ ਦੇ ਨਾਲ ਹੀ ਗੁੰਪਾ। ਠੀਕ ਹੈ ਜੀ, ਕਾਰਗਿਲ ਆਪਾਂ ਪਹੁੰਚ ਗਏ ਸ਼੍ਰੀਨਗਰ, ਇੱਥੋਂ 207 ਕਿਲੋਮੀਟਰ ਪਿਆ ਹਜੇ। ਕਾਰਗਿਲ ਸ਼ਹਿਰ ਦੇ ਵਿੱਚ ਆਪਾਂ ਪਹੁੰਚ ਗਏ ਅਤੇ ਇੱਥੇ ਆਹ ਪਿੱਛੇ ਤਾਹਾਂ ਨੇ ਜਿਹੜੇ ਇਹ ਗੈਸਟ ਹਾਊਸ ਬਣੇ ਹੋਏ ਹੈਗੇ, ਅਤੇ ਇੱਥੇ ਆਪਾਂ ਆਪਣੇ ਰਹਿਣ ਦਾ ਟਿਕਾਣਾ ਕੀਤਾ ਉਹੀ ਰੇਂਜ ਜਿੰਨੇ ਕੁ ਚ ਆਪਾਂ ਆਪਣੇ ਰਹਿਣ ਦਾ ਕਰਦੇ ਹੁੰਦੇ ਹਾਂ। ਜ਼ੁਕਾਮ ਲੱਗ ਗਿਆ, ਜ਼ੁਕਾਮ ਦੇ ਨਾਲ ਜਿਵੇਂ ਬੁਖਾਰ ਵਾਂਗੂ ਨਹੀਂ ਹੁੰਦਾ, ਹੱਡ ਭੰਨਣੀ ਜੀ ਸਾਰੀ, ਉਹ ਫਿਰ ਲੱਗ ਗਈ ਜੋ ਪਹਿਲਾਂ ਸਵੇਰ ਦੀ ਗੋਲੀ ਦਾ ਅਸਰ ਸੀ ਉਹ ਲੈ ਗਿਆ। ਅਤੇ ਫਿਲਹਾਲ ਟਾਈਮ ਤਾਂ 4:30 ਦਾ ਹੀ ਹੋਇਆ, ਪਰ ਹੁਣੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪਣੀ ਜਿਹੜੀ ਮੈਡੀਸਨ ਹੈਗੀ ਗੋਲੀ ਆ ਉਹ ਲੈ ਕੇ ਸੌਂਦੇ ਹਾਂਗੇ, ਤਾਂ ਕਿ ਫਿਰ ਕੱਲ੍ਹ ਸਵੇਰ ਤੱਕ ਆਪਣਾ ਦੁਬਾਰੇ ਸਫ਼ਰ ਕੰਟੀਨਿਊ ਹੋ ਸਕੇ। ਅਤੇ ਇਹ ਸਾਰਾ ਇੱਧਰ ਇਹ ਸ਼ਹਿਰ ਰਹਿ ਗਿਆ, ਇਹ ਗੈਸਟ ਹਾਊਸ ਬਣੇ ਹੋਏ ਖਾਸੇ ਆ ਇੱਥੇ, ਖੈਰ ਖਾਲਸਾ ਕੀ ਮੇਕਰ, ਹਾਂਜੀ ਖਾਲਸਾ ਕੀ ਮੇਕਰ, ਸਿੰਘ ਸਾਹਿਬ ਪਹਿਲਾਂ ਖੜ੍ਹੇ ਸੀ ਇੱਥੇ। ਅਤੇ ਹੁਣ ਆਪਾਂ ਇੱਧਰਲੇ ਪਾਸੇ ਚੱਲਦੇ ਹਾਂ, ਮੇਨ ਸ਼ਹਿਰ ਤਾਂ ਖੈਰ ਇੱਧਰ ਆ, ਪਰ ਰੇਟ ਉੱਧਰ ਵੱਧ ਸੀਗੇ ਰਹਿਣ ਰਹੁਣ ਦੇ, ਅਤੇ ਇੱਧਰ ਫਿਰ ਮੈਨੂੰ ਪਰਤੇ 'ਚ ਪੈ ਗਿਆ। ਹੁਣ ਆਪਾਂ ਖਾ ਪੀ ਕੇ ਆਉਂਦੇ ਹਾਂ, ਨਾਲੇ ਦੁੱਧ ਦਾ ਪੈਕਟ ਲਿਆਵਾਂ, ਨਾਲੇ ਟੈਟਰਾ ਦੁੱਧ ਲਿਆਵਾਂਗੇ ਸਵੇਰ ਵਾਸਤੇ, ਫਿਰ ਖਾ ਕੇ ਆਪਾਂ ਚੱਲਾਂਗੇ। ਹੁਣ ਚੱਲਦੇ ਹਾਂ ਕਾਰਗਿਲ ਦਿਖਾਉਣਾ ਤੁਹਾਨੂੰ ਮਾੜਾ ਜਿਹਾ, ਬਾਕੀ ਤਾਂ ਕੱਲ੍ਹ ਨੂੰ ਦਿਖਾਊਂਗਾ। ਇਹ ਚੱਲ ਪਿਆ ਕਾਰਗਿਲ ਸ਼ਹਿਰ, ਅਤੇ ਜਿਹੜਾ ਆਹ ਆ ਗਿਆ ਇਹ ਬਸ ਇੱਥੇ ਇਹ ਸ਼ਹਿਰ ਨੂੰ ਮੇਨ ਐਂਟਰੀ ਗੇਟ ਆ ਜਾਂਦਾ, ਸੱਜੇ ਪਾਸੇ ਇੱਕ ਪੁਲ ਪੈ ਜਾਂਦਾ, ਉਹ ਪੁਲ ਤੋਂ ਵੜ ਕੇ ਇਹ ਦੋ ਪਾਸੇ ਇੱਥੇ ਟੀ ਪੁਆਇੰਟ ਬਣ ਕੇ ਸੜਕਾਂ ਪੜ ਜਾਂਦੀਆਂ, ਅਤੇ ਜਿਹੜੀ ਇਹ ਇੱਧਰਲੇ ਪਾਸੇ ਜਾ ਰਿਹਾ ਇਹ ਸਾਰਾ ਮੇਨ ਇਹਨਾਂ ਦਾ ਜਿਹੜਾ ਸ਼ਹਿਰ ਆ ਗਿਆ ਕਾਰਗਿਲ, ਮੇਨ ਸ਼ਹਿਰ ਵਾਲੇ ਪਾਸੇ ਨੂੰ ਵਗ ਜਾਂਦਾ ਹੈਗਾ। ਅਤੇ ਇੱਥੇ ਆਉਣਗੀਆਂ ਦੁਕਾਨਾਂ ਜਾਂ ਫਲ ਫਰੂਟਾਂ ਦੀਆਂ, ਉਹ ਤੋਂ ਅੱਗੇ ਹੈਗਾ ਜਿਹੜਾ ਸਾਰਾ ਮੇਨ ਬਾਜ਼ਾਰ ਹੈਗਾ। ਧੰਨਵਾਦ ਵੀਰੇ, ਚੱਲ ਕੇ ਬਸ ਉਹਨੂੰ ਕੋਈ ਪ੍ਰਸ਼ਾਦਾ ਪਾਣੀ ਛਕਾਂਗੇ, ਉਹ ਤਾਂ ਕੁਛ ਨਹੀਂ, ਅਤੇ ਜਾਂਦੇ ਹੋਏ ਆਪਦਾ ਦੁੱਧ ਦਾ ਪੈਕਟ ਅਤੇ ਕੁਛ ਫਲ ਫਰੂਟ ਲੈ ਚੱਲਾਂਗੇ। ਅਤੇ ਆਹ ਸਾਰੀ ਇੱਧਰ ਸਾਈਡ 'ਤੇ ਬਾਜ਼ਾਰ ਚੱਲੀ ਜਾਂਦਾ, ਪਹਿਲਾਂ ਮੈਂ ਇੱਧਰ ਪਤਾ ਕਰਨ ਆਇਆ ਸੀ, ਇਹ ਤਾਂ 1000 ਤੋਂ ਘੱਟ ਥੱਲੇ ਕੋਈ ਬੋਲ ਹੀ ਨਹੀਂ ਸੀ ਰਿਹਾ, ਉਹ ਪਿੱਛੇ ਫਿਰ ਉਹੀ ਕਰਦੇ ਕਰਾਉਂਦੇ ਬਾਈ 500 ਦੇ ਨੇੜੇ ਤੇੜੇ ਮੰਨ ਗਿਆ। ਆਹ ਬਾਈ ਦੀ ਦੁਕਾਨ ਵਾਲੇ ਮੈਨੂੰ ਚੈਲੰਜ ਕੀਤਾ ਸੀ, ਕਹਿੰਦਾ ਤੂੰ 500 'ਚ ਲੱਭ ਕੇ ਦਿਖਾ ਦੇ, ਮੈਂ ਯਾਰ ਵੀਰੇ ਕਮਾਲ ਹੋ ਗਈ। ਇਹ ਸਾਰੀ ਮੇਨ ਮਾਰਕੀਟ ਆ ਗਈ, ਇੱਥੇ ਅੱਗੇ ਬਾਈ ਨੇ ਕਿਹਾ ਸੀ ਮੈਨੂੰ, ਕਹਿੰਦਾ ਤੁਹਾਨੂੰ ਵਧੀਆ ਵੈੱਜ ਖਾਣ ਵਾਲੀਆਂ ਦੁਕਾਨਾਂ ਮਿਲ ਜਾਣਗੀਆਂ, ਅਤੇ ਉਹਦੇ ਆਪਦਾ ਖਾ ਲਿਓ, ਕਿਉਂਕਿ ਜ਼ਿਆਦਾਤਰ ਨਾ ਹੁਣ ਇੱਥੇ ਇਹ ਜਿਹੜੀ ਚੀਜ਼ ਆ ਗਿਆ ਕਸ਼ਮੀਰ ਦੇ ਨਾਲ ਲੱਗ ਗਿਆ, ਇਹ ਮੁਸਲਿਮ ਏਰੀਆ ਆ ਗਿਆ, ਸੋ ਫਿਰ ਤੁਹਾਨੂੰ ਪਤਾ ਇੱਥੇ ਵੈੱਜ ਵਾਲਾ ਤਾਂ ਹਿਸਾਬ ਕਿਤਾਬ ਬਹੁਤ ਘੱਟ ਜਾਂਦਾ ਹੈਗਾ। ਵੈੱਜ ਢਾਬਾ ਲਿਖਿਆ ਤਾਂ ਹੋਇਆ ਪਰ ਬੰਦ ਪਿਆ ਹੈਗਾ, ਚਲੋ ਅੱਗੇ ਦੇਖ ਜਾਂਗੇ ਜੇ ਕਿਤੇ ਮਿਲਦਾ ਹੈਗਾ ਵੈੱਜ। ਅਤੇ ਇੱਥੇ ਇਹ ਮੇਨ ਮੇਨ ਮਾਰਕੀਟ ਦੇ ਵਿੱਚ ਮਾਝੀ ਦੇ ਜਮ੍ਹਾਂ ਸਾਹਮਣੇ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਥੱਲੇ ਇੱਕ ਤਾਂ ਹੈਗਾ ਹੀਨਾ ਢਾਬਾ, ਅਤੇ ਬਾਕੀ ਆਪਾਂ ਹੋਰ ਵੀ ਦੇਖਦੇ ਹਾਂ ਜੇ ਕੋਈ ਹੋਰ ਮਿਲ ਗਿਆ ਤਾਂ ਉਹਦੇ ਟਰਾਈ ਮਾਰਾਂਗੇ, ਨਹੀਂ ਫਿਰ ਇਹ ਤਾਂ ਹੈਗਾ ਹੀ ਹੈਗਾ। ਇਹ ਸਾਰੀ ਮੇਨ ਮਾਰਕੀਟ, ਗਹਿਮਾ ਗਹਿਮੀ ਵਾਲਾ ਮਾਹੌਲ ਖਾਸਾ ਇੱਥੇ, ਲੇਹ ਵਾਂਗੂ ਨਹੀਂ ਹੈਗਾ ਸ਼ਾਂਤ ਜਿਹਾ, ਭੀੜ ਭੜੱਕੇ ਵਾਲਾ ਕੰਮ ਆ ਪੂਰਾ। ਠੀਕ ਆ ਬਾਈ ਠੀਕ ਆ, ਨਹੀਂ ਬਾਈ ਗਾਹਾਂ ਤਾਂ ਹੈ ਨਹੀਂ ਕੋਈ, ਨਹੀਂ ਫਿਰ ਖਾਸਾ ਗਾਹਾਂ ਜਾਣਾ ਪੈਣਾ, ਉਸੇ ਨੂੰ ਪੁੱਛਦੇ ਹਾਂ ਕੀ ਕੁਛ ਆ, ਬਾਹਲਾ ਤੁਰਨ ਦੀ ਅਜੇ ਹਿੰਮਤ ਹੈ ਨਹੀਂ ਗੀ ਹਜੇ। ਚਲੋ ਮੈਂ ਉੱਥੇ ਜਾਂਦਾ ਖਾਣਾ, ਫਿਰ ਆਪਾਂ ਕੋਈ ਨਾ ਕੋਈ ਸਮਾਨ ਲੈਂਦੇ ਹਾਂ। ਉਸੇ ਜਿਹੜਾ ਹੀਨਾ ਢਾਬਾ ਆਪਾਂ ਦੇਖ ਕੇ ਗਏ ਸੀ ਉਸੇ 'ਤੇ ਆ ਗਏ, ਰੁਮਾਲੀ ਰੋਟੀ ਅਤੇ ਨਾਲ ਛੋਲਿਆਂ ਦੀ ਸਬਜ਼ੀ। ਠੀਕ ਹੈ ਜੀ, ਹੁਣ ਆਪਾਂ ਇਹ ਕੰਮ ਨਿਬੇੜਦੇ ਹਾਂ ਫਿਰ ਅੱਗੇ ਦੀ ਕਾਰਵਾਈ ਪਾਵਾਂਗੇ। ਖਾਣਾ ਪੀਣਾ ਸਾਰਾ ਕੁਛ ਆਪਣਾ ਹੋ ਗਿਆ,
आ भाई तो आप इतों खाधी रोटी, रोटी मैं तो हैरान रह गया 65 रुपये जो मैं 4 रोटियां खा गया तो नाल वधिया सब्जी सी चाह पी गया भी खासा सस्ता सी। खैर वधिया रहा है जे कोई आउंदा कारगिल च आ भाई कोले खा लो वधिया सस्ती चीज़ हैगी तो कुदरती मैं उही आ गया इधर नू रुमाली रोटी सी नाले तो ये तो भाई तो नाल दुध का पैकेट फड़ लिया तो बिस्कुट फड़ लिया रात नू खाण नू। ये सारा जिहड़ा इह लेदी पुरानी इहदी कारगिल दी इह पुरानी मार्केट आ सिल्क रूड वाली जिहड़ी मार्केट हैगी ਉਹ ਇਹ ਹੈਗੀ ਹੁਣ ਨਵੀਆਂ ਤਾਂ ਖੈਰ ਬਣੀਆਂ ਪਰ ਇਹ ਮਾਰਕੀਟ ਦੀ ਖਾਸੀਅਤ ਕਹਿੰਦੇ ਇਹ ਆ ਭਾਈ ਇਹ ਸਿਲਕ ਰੂਟ ਦੇ ਟਾਈਮ ਦੀ ਬਣੀ ਹੋਈ ਆ। ਠੀਕ ਹੈ ਜੀ ਭਾਈ ਠੀਕ ਹੈ। ਕਾਰਗਿਲ ਦੀਆਂ ਇਹਨਾਂ ਸੜਕਾਂ ਦੇ ਨਾਲ ਅੱਜ ਦਾ ਸਫ਼ਰਨਾਮਾ ਆਪਾਂ ਇੱਥੇ ਖਤਮ ਕਰਾਂਗੇ। ਹੁਣ ਕੱਲ੍ਹ ਨੂੰ ਤੁਹਾਨੂੰ ਕਾਰਗਿਲ ਦੀਆਂ ਥਾਵਾਂ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੱਲ੍ਹ ਨੂੰ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕਰਾਂਗੇ। ਇਤਿਹਾਸਿਕ ਸਥਾਨ ਆ, ਬਹੁਤ ਘੱਟ ਦਿਖਾਇਆ ਗਿਆ ਉਹ ਸਥਾਨ ਕਾਰਗਿਲ ਦੇ ਵਿੱਚ ਗੁਰਦੁਆਰਾ ਸਾਹਿਬ ਆ। ਲੰਘ ਜਾ ਵੀਰੇ ਮੇਰਾ ਤਾਂ ਕੀ, ਮੈਂ ਤਾਂ ਰੁਕ ਕੇ ਲੰਘ ਜੂੰਗਾ। ਆ ਜਾ ਵੀਰੇ ਆ ਜਾ, ਮੈਂ ਤਾਂ ਜਹਾਂ ਸਾਹਮਣੇ ਤੱਕ ਜਾਊਂਗਾ। ਇਹ ਜੇ ਚੌਂਕ ਨਹੀਂ ਆ ਗਿਆ ਜੋ ਪੁੱਲ ਆ ਗਿਆ, ਪੁੱਲ ਕੇ ਸਾਥ ਵੀ ਮੇਰਾ ਹੋਮ ਸਟੇ ਹੋਟਲ ਆ ਬਸ। ਚਲ ਜਹਾਂ ਤੱਕ ਚੱਲਣਾ ਚੱਲ ਵੜੋ ਚੱਲੇ ਜੀ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਕੱਲ੍ਹ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਸੋਚ ਲੈ ਕੇ ਯਾਰ ਪਤਾ ਨਹੀਂ ਨਾਮ ਨਹੀਂ ਮੇਰੇ ਯਾਦ ਕੌਣ ਸਾ ਗੈਸਟ। ਕੱਲ੍ਹ ਤੋਂ ਜਿਹੜੀਆਂ ਥਾਵਾਂ ਨੇ ਉਹ ਕਾਰਗਿਲ ਦੀਆਂ ਦਿਖਾਵਾਂਗੇ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕਰਦੇ, ਜਿਹੜੇ ਕਿ ਬਹੁਤ ਘੱਟ ਦਰਸ਼ਨ ਕੀਤੇ ਹੋਣੇ ਤੁਸੀਂ ਉਸ ਸਥਾਨ ਦੇ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦਾ ਇੱਥੇ ਕਾਰਗਿਲ ਆਉਣ ਦੇ ਵਿੱਚ ਦਾ ਇਤਿਹਾਸ ਉਹ ਸਾਰਾ ਕੁਝ ਸਾਂਝਾ ਅਤੇ ਨਾਲ ਦੀ ਨਾਲ ਪਏ ਤੋਂ ਬਾਅਦ ਫਿਰ 1999 ਦੀਆਂ ਜੰਗ ਦੀਆਂ ਗੱਲਾਂ ਹੋਣਗੀਆਂ। ਆਉਣ ਵਾਲੀਆਂ ਵੀਡੀਓ ਵਧੀਆ ਨੇ ਅਤੇ ਵੀਡੀਓ ਦੀ ਰੀਚ ਘੱਟ ਆ ਕਿਉਂਕਿ ਤੁਸੀਂ ਕਮੈਂਟ ਘੱਟ ਕਰ ਰਹੇ ਹੋ, ਲਾਈਕ ਘੱਟ ਕਰ ਰਹੇ ਨਾਲ ਗਿਲਾ ਗਾ। ਚੈਨਲ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਤਾਂ ਕਰ ਦਿੱਤੀ ਹੋਣੀ ਆ। ਅਤੇ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।